ਪੇਸ਼ ਹੈ ਅਜੀਤ ਕੌਰ ਦੀ ਆਤਮਕਥਾ ਖਾਨਾ ਬਦੋਸ਼ਤਾ ਦੂਸਰਾ ਅਧਿਆਇ ਸਫੈਦ ਤੇ ਕਾਲੀ ਹਵਾ ਦੀ ਦਾਸਤਾਨ ਆਵਾਜ਼ ਮਨਪ੍ਰੀਤ ਸੋਹਤਾ ਉਸ ਯਾਲ ਦੇ ਸ਼ੁਰੂ ਦੇ ਦਿਨ ਸਨ ਜਦੋਂ ਮੈਂ ਉਸ ਕਾਲਜ ਵਿੱਚ ਦਾਖਲ ਹੋਈ ਬਲਦੇਵ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ ਉਦੋਂ ਮੈਂ ਉਮਰ ਦੇ ਲਿਹਾਜ਼ ਨਾਲ ਹਾਲੀ ਬੱਚੀ ਸਾਂ ਪਰ ਅਹਿਸਾਸ ਦੀ ਪਰਪਕਤਾ ਦੇ ਲਿਹਾਜ਼ ਨਾਲ ਇਹ ਉਹ ਦਿਨ ਸਨ ਜਦੋਂ ਲੱਗਣ ਲੱਗ ਪੈਂਦਾ ਹੈ ਕਿ ਸਾਰੀ ਕਾਇਨਾਤ ਦੇ ਸਾਰੇ ਰਾਜ਼ ਫਾਸ਼ ਕਰਨ ਦੀ ਤਾਕਤ ਤੇ ਸੂਝ بس صرف ਇੱਕ ਤੁਹਾਡੇ ਵਿੱਚ ਹੀ ਏ ਕਿ ਇਹ ਸਾਰੇ ਦਾ ਸਾਰਾ ਆਸਮਾਨ ਤੇ ਧਰਤੀ ਤੇ ਦਿਨ ਤੇ ਰਾਤ ਤੇ ਤਾਰੇ ਤੇ ਚੰਨ ਤੇ ਸੂਰਜ ਤੇ ਰੰਗ ਤੇ ਹਵਾ ਸਿਰਫ ਤੁਹਾਡੇ ਲਈ ਹੀ ਖਾਸ ਤੁਹਾਡੇ ਲਈ ਬਣੇ ਨੇ ਹੁਣੇ-ਹੁਣੇ ਨਵੇਂ ਨਕੋਰ ਖੁਸ਼ਬੂਆਂ ਨਾਲ ਲੱਦੇ ਤੇ ਉਹਨਾਂ ਨਵੇਂ ਨਕੋਰ ਰੰਗਾਂ ਤੇ ਆਵਾਜ਼ਾਂ ਤੇ ਰੌਸ਼ਨੀਆਂ ਦੀ ਦੁਨੀਆ ਵਿੱਚ ਬਲਦੇਵ ਦਾ ਹੋਣਾ ਮਹਿਜ਼ ਇੱਕ ਇਤਫਾਕ ਨਹੀਂ ਸੀ ਇਸੀ ਤਰ੍ਹਾਂ ਜਿਸ ਤਰ੍ਹਾਂ ਸੂਰਜ ਦਾ ਚੜਨਾ ਤੇ ਗਰੂਬ ਹੋਣਾ ਤੇ ਚੰਨ ਦਾ ਰੋਜ਼ ਦੇ ਰੋਜ਼ ਵਧਣਾ ਤੇ ਘਟਣਾ ਤੇ ਤਾਰਿਆਂ ਦਾ ਏਸ ਬਨੇਰੇੋਂ ਰਫਤਾ ਰਫਤਾ ਮਲਕੜੇ ਤੁਰਦਿਆਂ ਹੋਇਆਂ ਉਸ ਬਨੇਰੇ ਤੱਕ ਜਾਣਾ ਮਹਿਜ਼ ਇਤਫਾਕ ਨਹੀਂ ਸੀ। ਉਹਨੇ ਦਿਨੀ ਉਹ ਸਾਨੂੰ ਓਥੈਲੋ ਪੜਾ ਰਹੇ ਸਨ। ਇੱਕ ਦਿਨ ਕਲਾਸ ਤੋਂ ਮਗਰੋਂ ਮੈਂ ਪੁੱਛਿਆ ਓਥੈਲੋ ਤੇ ਡੈਸਡੇਮੋਨਾ ਦੀ ਇੰਨੀ ਬੇਪਨਾਹ ਮੁਹੱਬਤ ਸਾਰਿਆਂ ਨਾਲ ਬਗਾਵਤ ਕਰਕੇ ਉਸ ਖੂਬਸੂਰਤ ਕੁੜੀ ਨੇ ਉਸ ਬੰਦੇ ਨਾਲ ਵਿਆਹ ਕੀਤਾ। ਤੇ ਉਹਨੇ ਕਿਸ ਤਰ੍ਹਾਂ ਇੱਕ ਰੁਮਾਲ ਦੇ ਭਲੇਖੇ ਖਾਤਰ ਉਸਨੂੰ ਜ਼ਿਬਾ ਕਰ ਦਿੱਤਾ ਬਲਦੇਵ ਆਪਣੀਆਂ ਬੇਹਦ ਕੋਮਲ ਤੇ ਪੂਰੀਆਂ ਅੱਖਾਂ ਨਾਲ ਪਲਕੂ ਖਾਮੋਸ਼ ਮੇਰੇ ਵੱਲ ਵੇਖਦੇ ਰਹੇ ਤੇ ਕਹਿਣ ਲੱਗੇ ਸ਼ੇਕਸਪੀਅਰ ਦੀ ਪੂਜਾ ਕਰਦੇ ਨੇ ਅੰਗਰੇਜ਼ ਉਹਨੂੰ ਆਪਣਾ ਸਭ ਤੋਂ ਵੱਡਾ ਲੇਖਕ ਮੰਨਦੇ ਨੇ ਉਹਨਾਂ ਰਾਜ ਕੀਤਾ ਏ ਸਾਡੇ ਤੇ 200 ਸਾਲ ਇਸ ਕਰਕੇ ਅਸੀਂ ਵੀ ਸ਼ੇਕਸਪੀਅਰ ਨੂੰ ਸਭ ਤੋਂ ਵੱਡਾ ਲੇਖਕ ਮੰਨਦੇ ਆ ਉੰਜੋਂ ਵੱਡਾ ਨਹੀਂ ਮੈਂ ਹੈਰਾਨੀ ਨਾਲ ਪੁੱਛਿਆ ਵੱਡਾ ਏ ਮਨੁੱਖੀ ਅਹਿਸਾਸ ਦੇ ਤੂਫਾਨਾਂ ਨੂੰ ਉਹਨੇ ਵਧੀਆ ਚਿਤਰਿਆ ਏ ਪਰ ਤੂਫਾਨਾਂ ਤੋਂ ਉਰਾਂ ਵੀ ਇੱਕ ਚੀਜ਼ ਹੁੰਦੀ ਏ ਤੇ ਪਲ ਕੋ ਬਲਦੇਵ ਖਾਮੋਸ਼ ਹੋ ਗਏ ਜਿਵੇਂ ਉਸ ਚੀਜ਼ ਨੂੰ ਤਲਾਸ਼ ਕਰ ਰਹੇ ਸਨ ਤੂੰ ਇਬਸਨ ਪੜਿਆ ਏ ਨਹੀਂ ਕੀ ਕੀ ਪੜਿਆ ਏ ਉਹ ਮੁਸਕਰਾਏ ਉਹਨਾਂ ਦੀ ਇਸ ਮੁਸਕਰਾਹਟ ਨਾਲ ਮੈਨੂੰ ਬੜੀ ਕੋਫਤ ਹੁੰਦੀ ਸੀ ਜਿਵੇਂ ਕੋਈ ਵੱਡ ਵਡੇਰਾ ਕਿਸੇ ਬੱਚੇ ਦੀ ਨਾਦਾਨੀ ਤੇ ਮੁਸਕਰਾ ਰਿਹਾ ਹੋਵੇ ਇਸ ਮੁਸਕਰਾਹਟ ਨਾਲ ਮੈਂ ਹਮੇਸ਼ਾ ਬਖਲਾ ਜਾਂਦੀ ਸਾਂ ਪੰਜਾਬੀ ਬਹੁਤ ਪੜ੍ਹੀ ਹੈ ਅਮ੍ਰਿਤਾ ਪ੍ਰੀਤਮ ਮੋਹਨ ਸਿੰਘ ਭਾਈ ਵੀਰ ਸਿੰਘ ਗੁਰਬਖਸ਼ ਸਿੰਘ ਦੁੱਗਲ ਵਿਰਕ ਸੁਜਾਨ ਸਿੰਘ ਪੁਰਾਣੇ ਤਕਰੀਬਨ ਸਾਰੇ ਸ਼ਾਇਰ ਵਾਰਿਸ ਆਸ਼ਮ ਪੀਲੂ ਕਾਦਰਯਾਰ ਬੁੱਲੇ ਸ਼ਾ ਸ਼ਾਹ ਹੁਸੈਨ ਅਰੇ ਬਈ ਫਿਲਹਾਲ ਅੰਗਰੇਜ਼ੀ ਦੀ ਗੱਲ ਹੋ ਰਹੀ ਹੈ ਅੰਗਰੇਜ਼ੀ ਟੈਗੋਰ ਦੀ ਗੀਤਾਂਜਲੀ ਸੋਮਰਸੈਟ ਮਾਮ ਦੀਆਂ ਸਾਰੀਆਂ ਕਿਤਾਬਾਂ ਟੋਮਸ ਹਾਰਡੀ ਦੇ ਸਾਰੇ ਨੋਵਲ ਸ਼ੇਕਸਪੀਅਰ ਦਾ ਹੈਮਲੇਟ ਤੇ ਕਿੰਗ ਲੀਅਰ ਕਬਰਾ ਹਟ ਨਾਲ ਮੇਰੀ ਆਵਾਜ਼ ਕੰਬ ਰਹੀ ਸੀ ਮੈਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਮੇਰੇ ਕੰਨਾਂ ਦੀਆਂ ਕ੍ਰੂਮਲਾ ਲਾਲ ਹੋ ਗਈਆਂ ਨੇ ਬਲਦੇਵ ਦੀਆਂ ਅੱਖਾਂ ਵਿੱਚ ਸੰਜੀਦਗੀ ਮੋੜ ਆਈ ਹੁਣ ਮੈਨੂੰ ਹੌਸਲਾ ਹੋ ਗਿਆ ਕਿਆ ਉਰਦੂ ਵਿੱਚ ਮੰਟੋ ਕ੍ਰਿਸ਼ਨ ਚੰਦਰ 베ਦੀ ਅਸਮਤ ਚੁਗਤਾਈ ਅਰੇ ਅਰੇ ਮਾਰ ਨਹੀਂ ਪਈ ਘਰੋਂ ਲੁਕਾ ਕੇ ਚੋਰੀ-ਚੋਰੀ ਮੈਂ ਸ਼ਰਮ ਆ ਗਈ ਅਗਲੇ ਦਿਨ ਬਲਦੇਵ ਨੇ ਮੈਨੂੰ ਇਬਸਨ ਦੇ ਸਿਲੇਕਟਡ ਪਲੇਜ਼ ਲਿਆ ਦਿੱਤੇ ਤੇ ਨਾਲੇ ਟੈਗੋਰ ਦੀ ਚਿਤਰਾੰਗਤਾ ਤੇ ਮਗਰੋਂ ਮਹੀਨਿਆਂ ਦੇ ਮਹੀਨੇ ਸਾਲਾਂ ਦੇ ਸਾਲ ਜਿੰਨੇ ਕੋ ਸਾਲ ਉਹਨਾਂ ਦਾ ਸਾਥ ਮਿਲਿਆ ਡੇਢ ਦੋ ਸਾਲ ਪਰ ਅੱਜ ਜਦੋਂ ਵਾਪਸ ਮੁੜ ਕੇ ਵੇਖਦੀ ਹਾਂ ਤਾਂ ਉਹ ਡੇਢ ਦੋ ਸਾਲ ਫੈਲ ਕੇ ਜ਼ਿੰਦਗੀ ਦੀ ਪੂਰੀ ਲੰਬਾਈ ਚੌੜਾਈ ਤੇ ਖਿਲਰ ਜਾਂਦੇ ਨੇ ਪਾਣੀ ਵਿੱਚ ਕੁਲੀ ਸਿਆਹੀ ਦੀ ਬੂੰਦ ਵਾਂਗੂ ਆਸਮਾਨ ਦੇ ਹਲਕੇ ਨੀਲੇ ਕੈਨਵਸ ਤੇ ਫੈਲੇ ਸਫੈਦ ਪੂਰੇ ਆਵਾਰਾ ਬੱਦਲਾ ਵਾਂਗੂ ਉਹ ਲਾਇਬ੍ਰੇਰੀਆਂ ਵਿੱਚੋਂ ਆਪਣੀ ਨਿੱਜੀ ਕਲੈਕਸ਼ਨ ਵਿੱਚੋਂ ਦੋਸਤਾਂ ਕੋਲੋਂ ਮੰਗ ਕੇ ਖਰੀਦ ਕੇ ਮੈਨੂੰ ਢੇਰਾਂ ਦੇ ਢੇਰ ਕਿਤਾਬਾਂ ਦਿੰਦੇ ਰਹੇ ਤੇ ਕਿਤਾਬਾਂ ਦੀਆਂ ਗੱਲਾਂ ਕਰਦੇ ਕਰਦੇ ਅਸੀਂ ਦੋਵੇਂ ਆਪਣੇ ਸਾਈਕਲ ਹੌਲੀ-ਹੌਲੀ ਰੇਡਦੇ ਹੋਏ ਘਰ ਵੱਲ ਜਾਣ ਲੱਗੇ ਉਸ ਜ਼ਮਾਨੇ ਵਿੱਚ ਅਸੀਂ ਦੇਵਨਗਰ ਰਹਿੰਦੇ ਹੁੰਦੇ ਸੀ ਉਹ ਵੀ ਦੇਵਨਗਰ ਰਹਿੰਦੇ ਸਨ ਕੱਲ ਜੋਂ ਆ ਵੀਏ ਤਾਂ ਪਹਿਲਾਂ ਮੇਰਾ ਘਰ ਆਉਂਦਾ ਸੀ ਮਗਰੋਂ ਬਲਦੇਵ ਦਾ ਸਾਡਾ ਘਰ ਇੱਕ ਗਲੀ ਵਿੱਚ ਸੀ ਬਾਹਰਲੀ ਵੱਡੀ ਸੜਕ ਤੋਂ ਉਹਾਂ ਵਾਲੀ ਗਲੀ ਉਹਨਾਂ ਦੇ ਕਦਮਾਂ ਦਾ ਹਮੇਸ਼ਾ ਇੰਤਜ਼ਾਰ ਕਰਦੀ ਰਹੀ ਤੇ ਫੇਰ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕੱਲ ਜੋ ਘਰ ਦਾ ਰਸਤਾ ਸਿੱਧਾ ਨਹੀਂ ਰਿਹਾ ਚਾਰ ਪੰਜ ਮੀਲ ਵਲਾਪਾ ਕੇ ਆਉਣ ਲੱਗ ਪਿਆ ਇਹ ਵਲੇ ਵਾਲਾ ਰਾਹ ਇੱਕ ਰਿਜ ਦੇ ਉੱਤੋਂ ਦੀ ਹੋ ਕੇ ਜਾਂਦਾ ਸੀ ਜਾਂਦੀ ਵਾਰੀ ਬਹੁਤ ਸਾਰੀ ਚੜ੍ਹਾਈ ਆਉਂਦੀ ਵਾਰੀ ਬਹੁਤ ਸਾਰੀ ਉਤਰਾਈ ਚੜ੍ਹਾਈ ਵਾਲੇ ਪਾਸੇ ਅਸੀਂ ਤੁਰਦੇ ਜਾਂਦੇ ਸਾਈਕਲ ਰੇਡਦੇ ਹੋਏ ਆਉਂਦੀ ਵਾਰੀ ਸਾਈਕਲਾਂ ਤੇ ਚੜ੍ਹ ਕੇ ਆਉਂਦੇ ਹਵਾ ਵਿੱਚ ਤੈਰਦੇ ਹੋਏ ਪਰ ਸਿਆਲ ਦੇ ਦਿਨ ਸਨ ਰਿਜ ਦੇ ਉੱਤੇ ਬਹੁਤ ਸਾਰੇ ਮਧਰੇ ਦਰਖਤ ਸਨ ਤੇ ਝਾੜੀਆਂ ਠਿਕਾ ਜਿਸ ਦੀਆਂ ਟਿਹੜਾ ਹਵਾ ਵਿੱਚ ਆਹਸਤਾ ਆਹਸਤਾ ਹਿਲਦੀਆਂ ਰਹਿੰਦੀਆਂ ਤੇ ਉਹਨਾਂ ਦੇ ਸਬਜ਼ ਪਿੰਡੇ ਸਫੈਦ ਕਿਰਨਾ ਵਿੱਚ ਨਹਾਉਂਦੇ ਰਹਿੰਦੇ। ਰਿਜ ਦੇ ਬਿਲਕੁਲ ਉੱਤੇ ਜਾ ਕੇ ਅਸੀਂ ਇੱਕ ਮੋਕਲੀ ਥਾਂ ਤੇ ਬਹਿ ਜਾਂਦੇ। ਇੱਥੇ ਦਰਖਤ ਤੇ ਝਾੜੀਆਂ ਘੱਟ ਸਨ। ਵਿਰਲੀਆਂ ਵਿਰਲੀਆਂ ਵਿਚਕਾਰ ਲੱਤਾਂ ਢਿੱਡ ਹੇਠ ਤੈਹ ਕਰਕੇ ਬੈਠੀਆਂ ਭੇਡਾਂ ਵਰਗੀਆਂ ਛੱਟਾਨਾਂ ਸਨ। ਆਹਸਤਾ ਆਹਸਤਾ ਜੁਗਾਲੀ ਕਰਦੀਆਂ। ਨੀਮ ਬੰਦ ਅੱਖਾਂ ਨਾਲ ਧੁੱਪ ਸੇਕਦੀਆਂ। ਪਿੱਠਾਂ ਤੇ ਚਿਕਨੀ ਜੱਤ ਦਾ ਰੇਸ਼ਮ ਵਲੇਟ ਕੇ ਬੈਠੀਆਂ ਮਟਮੈਲੀਆਂ ਜਈਆਂ। ਸਫੈਦ ਪੂਰੀਆਂ ਨਸਵਾਰੀ ਰੰਗੀਆਂ ਭੇਡਾਂ ਉਹਨਾਂ ਚਟਾਨਾਂ 'ਤੇ ਅਸੀਂ ਬਹਿ ਜਾਂਦੇ ਤੇ ਗੱਲਾਂ ਕਰਦੇ ਤੇ ਖਾਮੋਸ਼ ਬੈਠੇ ਰਹਿੰਦੇ ਆਸ-ਪਾਸ ਹਵਾ ਹੌਲੀ-ਹੌਲੀ ਪੱਤਿਆਂ ਵਿਚਕਾਰ ਸਰਸਰਾਂਦੀ ਰਹਿੰਦੀ ਪੱਤੇ ਆਹਸਤਾ-ਆਹਸਤਾ ਗਾਉਂਦੇ ਰਹਿੰਦੇ ਚਿੜੀਆਂ ਮਹਿਜ਼ ਜ਼ਿੰਦਾ ਰਹਿਣ ਦੇ ਅਹਿਸਾਸ ਨਾਲ ਪਗਲਾਈਆਂ ਰਹਿੰਦੀਆਂ ਸਫੈਦ ਪੂਰੀਆਂ ਚਟਾਨਾਂ ਧੁੱਪ ਸੇਕਦੀਆਂ ਰਹਿੰਦੀਆਂ ਘਾਹ ਦੀਆਂ ਤੜਾ غرੂਰ ਵਿੱਚ ਇਠਲਾਂਦੀਆਂ ਰਹਿੰਦੀਆਂ ਸਫੇਦ ਨਰਮ ਕੋਸੀ ਹਵਾ ਆਹਸਤਾ ਜਿਹੀ ਸਿਰਾਂ ਉੱਤੋਂ ਗੁਜ਼ਰਦੀ ਰਹਿੰਦੀ ਗੁਲਾਬੀ ਧੁੱਪ ਨਾਲ ਪਿੰਡਾ ਭਿਜਦਾ ਰਹਿੰਦਾ ਅੱਜ ਜਦੋਂ ਇੱਕ ਜ਼ਮਾਨਾ ਗੁਜ਼ਰ ਚੁੱਕਾ ਏ ਤਾਂ ਪਿੱਛੇ ਤੱਕਿਆਂ ਉਹ ਖਿਣ ਉਹ ਲਮ੍ਹੇ ਉਹ ਪਲ ਬਚगाने ਨਹੀਂ ਲੱਗਦੇ ਬੇहद ਸੰਜੀਦਾ ਤੇ ਮਾਇਨੇ ਖੇਜ਼ ਲੱਗਦੇ ਨੇ ਇੰਨੇ ਗੁਜ਼ਰੇ ਜ਼ਮਾਨਿਆਂ ਦੀ ਧੂੜ ਵੀ ਉਹ ਸਾਰੇ ਦਾ ਸਾਰਾ ਮੋਹਿੰਜੋਦਾਰੋ ਅੱਜ ਵੀ ਜਿਉਂਦਾ ਏ ਸਭ ਕੁਝ ਜਿਉਂਦਾ ਤਿਉਂ ਸਿਰਫ ਉਹਨਾਂ ਪੁਰਾਣੇ ਕਮਰਿਆਂ ਦੀਆਂ ਜਿਨ੍ਹਾਂ ਦੀ ਤਮੀਰ ਉਸ ਧੁੱਪ ਵਿੱਚ ਤੇ ਪੁਰਾਣੀ ਅਣਛੋਹੀ ਪੂਰੀ ਮਿੱਟੀ ਵਿੱਚ ਤੇ ਧੁੱਪ ਸੇਕਦੀਆਂ ਚਟਾਨਾਂ ਵਿੱਚ ਤੇ ਥਰ-ਥਰ ਕੰਬਦੀਆਂ ਘਾਹ ਦੀਆਂ ਤੜਾਂ ਵਿੱਚ ਤੇ ਬੱਚਿਆਂ ਵਾਂਗੂ ਨਿੱਕੀਆਂ ਗੋਰੀਆਂ ਹਥੇਲੀਆਂ ਦੀ ਮੁਲਾਇਮ ਜਈ ਤਾੜੀ ਵਜਾ ਕੇ ਹੱਸਦੇ ਪੱਤਿਆਂ ਵਿੱਚ ਤੇ ਮਧਰੇ ਰੁੱਖਾਂ ਦੇ ਜਫੀ ਵਿੱਚ ਆ ਜਾਣ ਵਾਲੇ ਤਣਿਆਂ ਦੇ ਕੋਲ ਅਸਾਂ ਦੋਹਾਂ ਨੇ ਰਲ ਕੇ ਕੀਤੀ ਸੀ ਅੱਧੋ ਰਾਣੀਆਂ ਦੀਵਾਰਾਂ ਦੇ ਉੱਤੇ ਛੱਤ ਗਾਇਬੇ ਦੀਵਾਰਾਂ ਹਨ ਤੇ ਚੌਂਕੇ ਵਿੱਚ ਚੁੱਲ੍ਹੇ ਤੇ ਪਈ ਹਾਂਡੀ ਅਜੇ ਤੱਕ ਕਾਇਮ ਸਿਰਫ ਚੁੱਲੇ ਦੀ ਅੱਗ ਪਰਦੇਸ ਤੁਰ ਗਈ ਏ ਤੇ ਹਾਂਡੀ ਵਿੱਚ ਗਰਮ ਸੋੰਦੀ ਤਰਕਾਰੀ ਦੀ ਥਾਂ ਮਿੱਟੀ ਭਰ ਗਈ ਏ ਬਲਦੇਵ ਆਈਐਸ ਦੀ ਤਿਆਰੀ ਕਰਨ ਲੱਗੇ ਤਾਂ ਉਹਨਾਂ ਨੇ ਉਸ ਕਾਲਜ ਦੀ ਨੌਕਰੀ ਛੱਡ ਦਿੱਤੀ ਮੈਂ ਵੀ ਉਹ ਕਾਲਜ ਛੱਡ ਕੇ ਉਸ ਰਿਜ ਦੇ ਪਾਰ ਕੈਂਪ ਕਾਲਜ ਵਿੱਚ ਦਾਖਲਾ ਲੈ ਲਿਆ ਇਹ ਪੱਤ ਚੜ੍ਹਦੇ ਸ਼ੁਰੂ ਦੇ ਦਿਨਾਂ ਦੀ ਗੱਲ ਏ ਕੈਂਪ ਕਾਲਜ ਸ਼ਾਮ ਨੂੰ ਸ਼ੁਰੂ ਹੁੰਦਾ ਸੀ ਮੈਂ ਘਰੋਂ ਘੰਟਾ ਕੋ ਰਿਜ ਲਈ ਰੱਖ ਕੇ ਤੁਰ ਪੈਂਦੀ ਸਾਂ ਬਲਦੇਵ ਬਾਹਰਲੀ ਸੜਕ ਤੋਂ ਨਾਲ ਚੱਲ ਪੈਂਦੇ ਸਨ ਰਿਜ ਤੇ ਬਹੁਤ ਸਾਰੇ ਪੱਤੇ ਸਾਡੇ ਸਾਈਕਲਾਂ ਦੇ ਅੱਗੇ-ਅੱਗੇ ਸੜਕ ਤੇ ਭਟਕਦੇ ਰਹਿੰਦੇ ਸਨ। ਉਹਨਾਂ ਚਟਾਨਾਂ ਦੇ ਆਸ-ਪਾਸ ਵੀ ਬਹੁਤ ਸਾਰੇ ਪੂਰੇ ਸੁੱਕੇ ਪੱਤੇ ਖਿਲਰੇ ਰਹਿੰਦੇ ਸਨ। ਕਦੇ ਬੈਠਿਆਂ-ਬੈਠਿਆਂ ਉੱਤੋਂ ਦਰਖਤਾਂ ਤੋਂ ਬੇਸਹਾਰਾ ਜ਼ਖਮੀ ਪੰਰੀਂਦਿਆਂ ਵਾਂਗ ਉਹ ਸਾਡੇ ਮੋਢਿਆਂ ਤੇ ਪੈਰਾਂ ਵਿੱਚ ਡਿੱਗਦੇ ਰਹਿੰਦੇ। ਅਸੀਂ ਉਹਨਾਂ ਪੱਤਿਆਂ ਨੂੰ ਚੁੱਕ ਕੇ ਤਲੀ ਤੇ ਫੈਲਾ ਕੇ ਵੇਖਦੇ। ਪੂਰੇ ਰੰਗ ਵਿੱਚ ਲੁਕੇ ਹੋਏ ਵੀ ਕਿੰਨੇ ਰੰਗ ਹੁੰਦੇ ਨੇ। ਇਹ ਉਦੋਂ ਪਹਿਲੀ ਵਾਰੀ ਪਤਾ ਲੱਗਾ ਸੀ। ਮਰ ਕੇ ਵੀ ਕਈ ਪੱਤੇ ਸੁੱਕ ਕੇ ਖੜਖੜਾਉਂਦੇ ਨਹੀਂ। ਲਚਕ ਪਿੰਡੇ ਵਿੱਚ ਸਾੰਭੀ ਰੱਖਦੇ ਨੇ ਇਹ ਵੀ ਉਦੋਂ ਪਹਿਲੀ ਵਾਰੀ ਅਹਿਸਾਸ ਹੋਇਆ ਸੀ ਜ਼ਿੰਦਗੀ ਦੇ ਕਈ ਲੰਮੇ ਕੰਬਖਤ ਕਿਹੋ ਜਿਹੇ ਹੁੰਦੇ ਨੇ ਆਪਣੇ ਸਾਰੇ ਤਿੱਖੇਪਨ ਵਿੱਚ ਤੇ ਚਟਖ ਚਮਕੀਲੇ ਸ਼ਫਾਫ ਰੰਗਾਂ ਵਿੱਚ ਸਾਲਾ ਮਗਰੋਂ ਵੀ ਯਾਦ ਕੀਤੇ ਜਾਂ ਕਈ ਵਾਰੀ ਬਿਨਾਂ ਯਾਦ ਕਰਨ ਤੋਂ ਵੀ ਸਾਹਮਣੇ ਆਖ ਲੋਂਦੇ ਨੇ ਤੇ ਕਹਿੰਦੇ ਨੇ ਅਸੀਂ ਹਾਂ ਤਿੱਖੇ ਚਾਕੂ ਵਾਂਗੂ ਵਿਚਕਾਰਲੇ ਵਰਿਆਂ ਦਾ ਫਾਸਲਾ ਘਟਦੇ ਹੋਏ ਆਪਣੀ ਪੂਰੀ ਵਰਿਆਂ ਪੁਰਾਣੀ ਪਰ ਅਜੀਬ ਵੀ ਨਵੀਂ ਨਕੋਰ ਚਿਲਕੋਰਾ ਮਾਰਦੀ ਚਮਕਦੀ ਹੋਂਦ ਨੂੰ ਲੈ ਕੇ ਐਨ ਤੁਹਾਡੇ ਸਾਹਮਣੇ ਤੇ ਤੁਸੀਂ ਹੈਰਾਨ ਉਹਨਾਂ ਨੂੰ ਵੇਖਦੇ ਰਹਿ ਜਾਂਦੇ ਹੋ ਤੁਸੀਂ ਕਿੱਥੇ ਸੌ ਐਥੇ ਹੀ ਤੇਰੇ ਆਸ-ਪਾਸ ਦੀ ਹਵਾ ਵਿੱਚ ਤੇ ਤੇਰੇ ਅੰਦਰ ਤੇਰੇ ਸਾਹਾਂ ਵਿੱਚ ਘੁਲੇ ਹੋਏ ਤੇ ਤੁਸੀਂ ਹੈਰਾਨ ਰਹਿ ਜਾਂਦੇ ਹੋ ਪਤਝੜ ਦੇ ਉਹਨਾਂ ਦਿਨਾਂ ਦੀ ਖੁਸ਼ਬੂ ਵੀ ਅਜੀਬ ਖੁਸ਼ਬੂ ਸੀ ਇੱਕ ਬੜੇ ਹੀ ਗੰਭੀਰ ਪਾਗਲਪਨ ਨਾਲ ਲੱਦੀ ਹੋਈ ਭਿਆਨਕ ਗਰਮੀ ਪਿੱਛੇ ਰਹਿ ਗਈ ਸੀ ਸਿਆਲ ਅਜੇ ਸ਼ੁਰੂ ਨਹੀਂ ਸੀ ਹੋਇਆ ਗਰਮੀਆਂ ਦੇ ਤੇ ਸਿਆਲ ਦੇ ਵਿਚਕਾਰਲੇ ਇਹ ਦਿਨ ਅੱਜ ਕਿੰਨੇ ਉਦਾਸ ਲੱਗਦੇ ਨੇ ਉਦਾਸ ਤੇ ਖਾਲੀ ਪਰ ਉਸ ਜ਼ਮਾਨੇ ਵਿੱਚ ਇੰਜ ਨਹੀਂ ਸੀ ਜਾਪਦਾ ਇਹਨਾਂ ਦਿਨਾਂ ਦਾ ਹੁਸਨ ਸਾਹਮ੍ਹਿਆ ਨਹੀਂ ਸੀ ਜਾਂਦਾ ਹੁੰਦਾ ਪਤਝੜ ਦੇ ਦਿਨਾਂ ਵਿੱਚ ਕਈ ਰੁੱਖ ਸਖਣੇ ਹੋ ਜਾਂਦੇ ਨੇ ਪਰ ਕਈ ਹੋਰਨਾਂ ਰੁੱਖਾਂ ਤੇ ਇਸ ਮੌਸਮ ਦਾ ਜ਼ਰਾ ਵੀ ਅਸਰ ਨਹੀਂ ਹੁੰਦਾ ਸਖਣੀਆਂ ਟਹਿਣੀਆਂ ਦੇ ਜੰਗਲ ਵਿੱਚ ਘਿਰੇ ਇਹ ਸਬਜ਼ਾ ਜ਼ਾਰ ਮੀਨਾਰ ਪਤਲੀ ਹਵਾ ਵਿੱਚ ਆਹਸਤਾ ਆਹਸਤਾ ਕੰਬਦੇ ਰਹਿੰਦੇ ਨੇ ਕਿੰਨਾ ਅਜੀਬ ਜਾਪਦਾ ਸੀ ਇਹ ਉਨੀ ਦਿਨੀ ਬਲਦੇਵ ਨੂੰ ਮਿਲਣ ਤੋਂ ਪਹਿਲਾਂ ਵੀ ਤਾਂ ਪਤਝੜ ਆਉਂਦੀ ਹੋਵੇਗੀ ਬਹਾਰ ਆਉਂਦੀ ਹੋਵੇਗੀ ਧੁੱਪਾਂ ਚੜ੍ਹਦੀਆਂ ਹੋਣਗੀਆਂ ਪੱਤੇ ਹਵਾ ਵਿੱਚ ਕੰਬਦੇ ਹੋਣਗੇ ਘਾਹ ਦੀਆਂ ਤਣਾਂ ਹੌਸਤਾ ਹੌਸਤਾ ਹਸਦੀਆਂ ਹੋਣਗੀਆਂ ਪਰਿੰਦੇ ਆਪਣੇ ਜੀਉਣ ਦਾ ਜਸ਼ਨ ਮਨਾਉਂਦੇ ਹੋਣਗੇ ਬੱਦਲ ਵੱਸਦੇ ਹੋਣਗੇ ਪੂਰੀ ਧਰਤੀ ਤੇ ਨੀਲਾ ਆਸਮਾਨ ਸਭ ਕੁਝ ਬਲਦੇਵ ਤੋਂ ਪਹਿਲਾਂ ਵੀ ਤਾਂ ਹੋਵੇਗਾ ਹੀ ਪਰ ਸੱਚ ਮੰਨੋ ਮੈਂ ਨਹੀਂ ਸੀ ਵੇਖਿਆ ਪਹਿਲੀ ਵਾਰੀ ਜਦੋਂ ਮੈਂ ਹਵਾ ਨੂੰ तितਲੀਆਂ ਵਾਂਗੂ ਉੱਡਦਿਆਂ ਵੇਖਿਆ ਬਲਦੇਵ ਮੇਰੇ ਨਾਲ ਸੀ ਪਹਿਲੀ ਵਾਰੀ ਜਦੋਂ ਮੈਂ ਪੂਰੇ ਪੱਤਿਆਂ ਨੂੰ ਰੁੱਖਾਂ ਦੀਆਂ ਟਹਿਣੀਆਂ ਨਾਲੋਂ ਛੱਡ ਕੇ ਹੇਠਾਂ ਧਰਤੀ ਵੱਲ ਆਉਂਦਿਆਂ ਵੇਖਿਆ ਬੇਸਹਾਰਾ ਹਵਾ ਵਿੱਚ ਤੈਰਦੇ ਹੋਏ ਬਲਦੇਵ ਮੇਰੇ ਨਾਲ ਸੀ ਪਹਿਲੀ ਵਾਰੀ ਜਦੋਂ ਅਸਮਾਨ ਦੀ ਨੀਲਾਹਟ ਤੇ ਸੈਂਕੜੇ ਤੇਵਰ ਵੇਖੇ ਅਲੱਗ-ਅਲੱਗ ਪਰ ਫਿਰ ਵੀ ਨੀਲੇ ਬਲਦੇਵ ਮੇਰੇ ਨਾਲ ਸੀ ਪਿਆਸੀ ਮਿੱਟੀ ਦੀ ਖੁਸ਼ਬੂ ਹੀ ਮੁਸਕਰਾਹਟ ਦਾ ਪਹਿਲੀ ਵਾਰੀ ਮੈਨੂੰ ਉਹਦੇ ਨਾਲ ਹੀ ਅਹਿਸਾਸ ਹੋਇਆ ਕਬੂਤਰਾਂ ਦੇ ਇਸ਼ਕ ਨੂੰ ਤੇ ਚਿੜੀਆਂ ਦੇ ਕਲੋਲਾ ਨੂੰ ਮੈਂ ਪਹਿਲੀ ਵਾਰੀ ਸੰਜੀਦਗੀ ਨਾਲ ਉਦੋਂ ਹੀ ਵੇਖਿਆ ਸੀ ਜਿੰਨਾ ਚਟਾਨਾਂ ਤੇ ਅਸੀਂ ਜਾ ਕੇ ਬਹਿੰਦੇ ਸਾਂ ਰਿਜਤੇ ਉੱਥੇ ਬਹੁਤ ਪੁਰਾਣਾ ਇੱਕ ਖੰਡਰ ਵੀ ਸੀ ਦੂਰੋਂ ਵੇਖਿਆਂ ਲੱਗਦਾ ਸੀ ਉਹਨਾਂ ਦੀਵਾਰਾਂ ਦੇ ਪੱਥਰ ਜਿਵੇਂ ਭੁੱਲ ਰਹੇ ਸਨ ਪਰ ਨੇੜੇ ਜਾ ਕੇ ਹੱਥ ਲਾਇਆ ਉਹ ਬੜੇ ਮਜ਼ਬੂਤ ਜਾਪਦੇ ਸਨ ਥਾਂ ਥਾਂ ਤੇ ਉਹਨਾਂ ਵਿੱਚ ਸਾਵੀਕਾਈ ਉੱਗੀ ਹੋਈ ਸੀ ਗਹਿਰੇ ਭੂਰੇ ਪੱਥਰ ਚਮਕਦੀ ਧੁੱਪ ਵਿੱਚ ਹਲਕੇ ਭੂਰੇ ਜਾਪਦੇ ਤੇ ਜਿਉਂ-ਜਿਉਂ ਤਰਕਾਲਾਂ ਢਲਦੀਆਂ ਜਾਂਦੀਆਂ ਪੂਰੇ ਰੰਗ ਵਿੱਚ ਅਜੀਬ ਕਾਲਾ ਤੇ ਲੱਸੇ ਵਰਗਾ ਸੁਹਾ ਤੇ ਚਾਕਲੇਟ ਵਰਗਾ ਗਹਿਰਾ ਬ੍ਰਾਊਨ ਰੰਗ ਭਰਦਾ ਜਾਂਦਾ ਬੜੀ ਹੈਰਾਨੀ ਹੁੰਦੀ ਕਿ ਪੱਥਰ ਕਿਸ ਤਰ੍ਹਾਂ ਰੰਗ ਬਦਲਦੇ ਨੇ ਮੀਂਹ ਵਸਦਾ ਤਾਂ ਉਹ ਭਿੱਜੇ ਹੋਏ ਵੱਡੇ ਸਾਰੇ ਜਾਨਵਰ ਵਾਂਗੂ ਜਾਪਦੇ ਜਿਹੜੇ ਗਿੱਲੀ ਬ੍ਰਾਊਨ ਜੱਤ ਨਾਲ ਚੁੱਪਚਾਪ ਉੱਥੇ ਬੈਠੇ ਗਿੱਲੇ ਹੁੰਦੇ ਰਹਿੰਦੇ ਸੁੱਕੀਆਂ ਟਾਹਣੀਆਂ ਵਾਲੇ ਨੰਗੇ ਰੁੱਖਾਂ ਵਿਚਕਾਰ ਤੇ ਹਰੇ ਪੱਤਿਆਂ ਨਾਲ ਕੱਜੀਆਂ ਭਰਤਨੱਟਯਮ ਨੱਚਦੀਆਂ ਟਾਹਣੀਆਂ ਵਿਚਕਾਰ ਅੱਖਾਂ ਬੰਦ ਕਰਕੇ ਅਸੀਂ ਜਦੋਂ ਵੀ ਜਾਂਦੇ ਆਹਸਤਾ ਆਹਸਤਾ ਤੁਰਦੇ ਉਹਨਾਂ ਪੁਰਾਣੀਆਂ ਦੀਵਾਰਾਂ ਦੇ ਨੇੜੇ ਜਾ ਪੈਂਦੇ ਇਹ ਕੀ ਸੀ ਡਰ ਸੀ ਬੇਵਸਾਈ ਸੀ ਕੋਈ ਪੁਰਾਣੀ ਬਹੁਤ ਪੁਰਾਣੀ ਦਹਿਸ ਸੀ ਉਦੋਂ ਦੀ ਆਦਮ ਤੇ ਹਵਾ ਦੇ ਜ਼ਮਾਨੇ ਦੀ ਉਹਨਾਂ ਪੁਰਾਣੀਆਂ ਭੂਰੀਆਂ ਧੁੱਪ ਸੇਕਦੀਆਂ ਦੀਵਾਰਾਂ ਦਾ ਜਿਵੇਂ ਆਸਰਾ ਜਿਆ ਸੀ ਉਹਨਾਂ ਪੱਥਰਾਂ ਨੂੰ ਅਸੀਂ ਹੱਥ ਲਾ ਕੇ ਵੇਖਦੇ ਮੀਂਹ ਨਾਲ ਤੇ ਪਾਲਿਆਂ ਨਾਲ ਤੇ ਧੁੱਪਾਂ ਨਾਲ ਉਹ ਬੇਹਦ ਕੁਲੇ ਹੋ ਗਏ ਹੋਏ ਸਨ ਅਸੀਂ ਸੋਚਦੇ ਪਤਾ ਨਹੀਂ ਕਿੰਨੇ ਗੁਜ਼ਰੇ ਸਾਲਾਂ ਵਿੱਚ ਕਿੰਨੇ ਲੋਕਾਂ ਨੇ ਇਹਨਾਂ ਨੂੰ ਇਸੇ ਤਰ੍ਹਾਂ ਛੋਹਿਆ ਹੋਵੇਗਾ ਤੇ ਜਦੋਂ ਅਸੀਂ ਨਹੀਂ ਹੋਵਾਂਗੇ ਨਹੀਂ ਸ਼ਾਇਦ ਨਹੀਂ ਅੱਜ ਮੁੜ ਕੇ ਵਾਪਸ ਉਹਨਾਂ ਦਿਨਾਂ ਵਿੱਚ ਝਾਕਦਿਆਂ ਲੱਗਦਾ ਏ ਜਿਵੇਂ ਇਹ ਖਿਆਲ ਆਉਂਦਾ ਹੋਵੇਗਾ ਜਦੋਂ ਅਸੀਂ ਨਹੀਂ ਹੋਵਾਂਗੇ ਪਰ ਨਹੀਂ ਉਦੋਂ ਸ਼ਾਇਦ ਇਹ ਖਿਆਲ ਅਜੇ ਅਜਨਬੀ ਸੀ ਉਦੋਂ ਸ਼ਾਇਦ ਜਾਪਦਾ ਸੀ ਜਿਵੇਂ ਅੱਜ ਤੱਕ ਇਹ ਸਾਰੀ ਕਾਇਨਾਤ ਸਿਰਫ ਇਸੇ ਕਰਕੇ ਬਣੀ ਤੇ ਕਾਇਮ ਰਹੀ ਕਿਉਂਕਿ ਇਹਨੂੰ ਅਸੀਂ ਵੇਖਣਾ ਸੀ ਛੋਣਾ ਸੀ ਸਾਡੇ ਛੋਣ ਤੇ ਤੱਕਣ ਦੀ ਇੰਤਜ਼ਾਰ ਵਿੱਚ ਬੈਠੀ ਇਹ ਕਾਇਨਾਤ ਹੁਣ ਹਮੇਸ਼ਾ ਹਮੇਸ਼ਾ ਇੰਜੇ ਹੀ ਰਹੇਗੀ ਜਦੋਂ ਤੱਕ ਅਸੀਂ ਹਾਂ ਤੇ ਅਸੀਂ ਤਾਂ ਹਾਂ ਹੀ ਹਮੇਸ਼ਾ ਵਾਸਤੇ ਕਿੰਨੀਆਂ ਹਜ਼ਾਰ ਹਜ਼ਾਰ ਗੱਲਾਂ ਹੁੰਦੀਆਂ ਸਨ ਕਰਨ ਵਾਲੀਆਂ ਘੰਟਿਆਂ ਦੇ ਘੰਟੇ ਗੱਲਾਂ ਕਰ ਕਰਕੇ ਵੀ ਜਾਪਦਾ ਸੀ ਘੜੀ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀ ਏ ਅਜੇ ਤੇ ਪਿਛਲੇ ਮਿੰਟ 3 ਵਜੇ ਸਨ 4 ਕਿਸ ਤਰ੍ਹਾਂ ਵੱਜ ਗਏ ਅੱਖ ਚਮਕਣ ਤੋਂ ਪਹਿਲਾਂ ਤੇ ਅਜੇ 4 ਸਨ ਅੱਖ ਚਮਕਦਿਆਂ ਹੀ 5 ਕਿਸ ਤਰ੍ਹਾਂ ਹੋ ਗਏ ਅੱਜ ਜਦੋਂ ਬਹੁਤ ਸਾਰੀ ਖਾਮੋਸ਼ੀ ਨੇ ਘੇਰ ਲਿਆਏ ਤਾਂ ਹੈਰਾਨੀ ਹੁੰਦੀ ਏ ਉਦੋਂ ਇੰਨੀਆਂ ਗੱਲਾਂ ਕੀ ਹੁੰਦੀਆਂ ਸਨ ਕਰਨ ਵਾਲੀਆਂ ਪਿੱਛੇ ਵੇਖਿਆਂ ਇੱਕ ਇੱਕ ਦਿਨ ਵੱਖਰਾ ਵੱਖਰਾ ਨਜ਼ਰ ਨਹੀਂ ਆਉਂਦਾ ਸਿਰਫ ਇੱਕ ਅਹਿਸਾਸ ਨਜ਼ਰ ਆਉਂਦਾ ਏ ਜਿਹੜਾ ਉਹਨਾਂ ਦਿਨਾਂ ਤੇ ਧੁੰਦ ਦੀ ਪਤਲੀ ਬਾਰੀਕ ਤਹਿ ਵਾਂਗੂ ਛਾਇਆ ਹੋਇਆ ਸੀ ਧੁੰਦ ਦੇ ਪੋਚਣ ਵਿੱਚ ਲਿਪਟੇ ਉਹ ਮਾਸੂਮ ਦਿਨ ਪਰ ਬੱਚਿਆਂ ਵਰਗੇ ਮਾਸੂਮ ਨਹੀਂ ਬਹੁਤ ਬਜ਼ੁਰਗ ਬਹੁਤ ਸੰਜੀਦਾ ਗਹਿਰ ਗੰਭੀਰ ਪਰ ਫੇਰ ਵੀ ਮਾਸੂਮ ਦਿਨ ਮਾਸੂਮ ਤੇ ਪਾਕ ਜਦੋਂ ਆਤਮਾ ਰੰਗੀ ਹੋ ਕੇ ਤੇ ਸਿਰ ਉੱਚਾ ਕਰਕੇ ਕਿਸੇ ਵੀ ਰੱਬ ਦੇ ਸਾਹਮਣੇ ਖੜੋ ਸਕਦੀ ਸੀ ਇੱਕ ਤਾਣ ਕੇ ਤੇ ਕਹਿ ਸਕਦੀ ਸੀ ਮੈਂ ਵੀ ਹਾਂ ਤੇਰੇ ਬਰਾਬਰ ਸਗੋਂ ਤੇਰੇ ਨਾਲੋਂ ਵੀ ਉਚੇਰੀ ਤੇ ਖੂਬਸੂਰਤ ਕਿਉਂਕਿ ਮੈਨੂੰ ਬਲਦੇਵ ਦੀ ਮੁਹੱਬਤ ਮਿਲੀ ਏ ਬਲਦੇਵ ਦੀ ਮੁਹੱਬਤ ਖੁਦਾ ਦੀ ਰੂਬਰੂਈ ਸੀ ਤੇ ਹਰ ਉਸ ਚੀਜ਼ ਦੀ ਰੂਬਰੂਈ ਜਿਹੜੀ ਉੱਚੀ ਸੀ ਤੇ ਖੂਬਸੂਰਤ ਸੀ ਤੇ ਨਿਰਛਲ ਸੀ ਉਦੋਂ ਹਰ ਚੀਜ਼ ਵਿੱਚ ਡੂੰਘਾ ਵਿਸ਼ਵਾਸ ਹੁੰਦਾ ਸੀ ਸੱਚਾਈ ਵਿੱਚ ਤੇ ਇਮਾਨਦਾਰੀ ਵਿੱਚ ਤੇ ਮੁਹੱਬਤ ਵਿੱਚ ਤੇ ਆਖਰੀ ਜਿੱਤ ਵਿੱਚ ਅੱਜ ਵਾਪਸ ਮੁੜ ਕੇ ਤੱਕਦੀ ਹਾਂ ਤਾਂ ਲੱਗਦਾ ਏ ਅੱਜ ਵੀ ਜਿੰਨਾ ਕੋਈ ਵਿਸ਼ਵਾਸ ਬਚਾ ਕੇ ਰੱਖ ਸਕੀ ਹਾਂ ਇਹ ਉਹਨਾਂ ਹੀ ਦਿਨਾਂ ਦਾ ਬਚਿਆ ਹੋਇਆ ਵਿਸ਼ਵਾਸ ਏ ਅੱਜ ਭਾਵੇਂ ਇਹ ਸਾਰੀਆਂ ਚੀਜ਼ਾਂ ਲੱਗਦਾ ਏ ਹੁੰਦੀਆਂ ਤਾਂ ਹੈਣ ਪਰ ਹੈਣ ਨਹੀਂ ਤਾਂ ਵੀ ਇਹਨਾਂ ਦੇ ਕਿਤੇ ਨਾ ਕਿਤੇ ਹੋਣ ਵਿੱਚ ਵਿਸ਼ਵਾਸ ਮੋਇਆ ਨਹੀਂ ਬੇहद ਮਾਸੂਮ ਤਰਲ ਤੇ ਨਰਮ ਦਿਨ ਬੇहद ਸੁਪਨੇਲੀਆਂ ਤੇ ਚਾਂਦਨੀ ਧੋਤੀਆਂ ਉਜਲੀਆਂ ਨਿਰਮਲ ਰਾਤਾਂ ਰਾਤਾਂ ਜਿਨ੍ਹਾਂ ਦੀ ਤਲਖੀ ਵਿੱਚ ਨੀਂਦਰ ਨਹੀਂ ਸੀ ਆਉਂਦੀ ਰਾਤਾ ਜਿਨ੍ਹਾਂ ਵਿੱਚ ਸਾਰੇ ਖਿਆਲ ਜਿਵੇਂ ਕੂਚੀਆਂ ਫੜ ਕੇ ਬਹੁਤ ਝਟਕ ਤੇ ਸ਼ਫਾਫ ਰੰਗ ਕਿਸੇ ਕੈਨਵਸ ਵਿੱਚ ਭਰਦੇ ਰਹਿੰਦੇ। ਸ਼ੋਖ ਰੰਗ ਨਹੀਂ ਸਿਰਫ ਕਿਸੇ ਪਹਾੜੀ ਚਸ਼ਮੇ ਦੇ ਪੱਥਰਾਂ ਵਰਗੇ। ਸਾਫ, ਸ਼ਫਾਫ, ਚਮਕਦੇ ਕੂਲੇ ਪੱਥਰ ਜਿਹੜੇ ਚਸ਼ਮੇ ਦੇ ਨਿਤਰੇ ਹੋਏ ਪਾਣੀ ਵਿੱਚੋਂ ਸਾਫ ਨਜ਼ਰ ਆਉਂਦੇ ਨੇ ਤੇ ਹੱਥ ਲਾਣ ਤੋਂ ਬਿਨਾਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਕੂਲੇ ਤੇ ਕਿੰਨੇ ਠੰਡੇ ਹੋਣਗੇ। ਸਮਝ ਨਹੀਂ ਸੀ ਆਉਂਦੀ ਕੋਈ ਜ਼ਿੰਦਗੀ ਕੋਲੋਂ ਇਸ ਤੋਂ ਵੀ ਜ਼ਿਆਦਾ ਕੁਝ ਚਾਹ ਸਕਦਾ ਏ। ਹਰ ਚਾਹ ਦੀ ਜਿੱਥੇ ਸੀਮਾ ਸੀ ਉਥੇ ਬਲਦੇਵ ਸੀ ਤੇ ਮੈਂ ਸਾਂ ਮੈਂ ਜਿਵੇਂ ਉਹਦੇ ਵਿੱਚ ਹੀ ਸ਼ਾਮਲ ਸਾਂ ਕਦੇ-ਕਦੇ ਬਲਦੇਵ ਕਹਿੰਦੇ ਮੈਂ ਤੇਰਾ ਆਸ਼ਕ ਨਹੀਂ ਤੇਰਾ ਸਾਜਦ ਹਾਂ ਮੈਂ ਕਹਿੰਦੀ ਮੈਨੂੰ ਸਜਦੇ ਨਹੀਂ ਚਾਹੀਦੇ ਮੈਨੂੰ ਤਾਂ ਹਰ ਵੇਲੇ ਹਰ ਘੜੀ ਹਰ ਪਲ ਬਸ ਤੁਹਾਡਾ ਸਾਥ ਚਾਹੀਦਾ ਏ ਬਲਦੇਵ ਹੱਸ ਪੈਂਦੇ ਜੇ ਕਦੇ ਅਸੀਂ ਇਕੱਠੇ ਰਹਿਣ ਵੀ ਲੱਗ ਪਏ ਤਾਂ ਇਸ ਹਿਸਾਬ ਦਾ ਦੋਵੇਂ ਨੂੰ ਕੰਮ ਕਰਨ ਵੀ ਬਾਹਰ ਨਹੀਂ ਜਾਣ ਦੇਵਾਂਗੇ ਨਾਲ ਜਾਇਆ ਕਰਾਂਗੀ ਬਲਦੇਵ ਸੰਜੀਦਾ ਹੋ ਜਾਂਦੇ ਥੋੜੇ ਥੋੜੇ ਉਦਾਸ ਵੀ ਤੂੰ ਤੇ ਇਨੇ ਲਾਡਾ ਨਾਲ ਤੇ ਨਾਜ਼ਾ ਨਾਲ ਪਲੀ ਹੋਈ ਏ ਮੈਨੂੰ ਤਾਂ ਸਗੋਂ ਫਿਰ ਬਹੁਤਾ ਕੰਮ ਕਰਨਾ ਪਿਆ ਕਰੇਗਾ ਤੈਨੂੰ ਸੁਖ ਦੇਣ ਵਾਸਤੇ ਹੱਥ ਸੁਖ ਲਈ ਕੰਮ ਦਾ ਕੀ ਕੰਮ ਮੈਂ ਤੇ ਬਸ ਇੱਕ ਰੋਟੀ ਖਾਣੀ ਆ ਉਹ ਹੱਸ ਪੈਂਦੇ ਉਦੋਂ ਇਹੀ ਲੱਗਦਾ ਸੀ ਕਿ ਸੁਖ ਨਾਲ ਕਿਸੇ ਚੀਜ਼ ਦਾ ਕੋਈ ਵਾਸਤਾ ਨਹੀਂ ਰੋਟੀ ਵਲਗਰ ਪੈਸੇ ਕਮੀਨਾਪਨ ਸੁਖਦਾ ਸਾਰ ਸਿਰਫ ਕੋਸੀ ਤੁੱਪ ਵਿੱਚ ਬਲਦੇਵ ਦੇ ਮੋਢੇ ਤੇ ਸਿਰ ਰੱਖ ਕੇ ਅੱਖਾਂ ਮੀਟ ਲੈਣ ਦਾ ਨਾ ਸੀ ਬਸ ਬਲਦੇਵ ਕਹਿੰਦੇ ਤੇਰੀਆਂ ਅੱਖਾਂ ਵਿੱਚ ਪਤਾ ਹੈ ਕੀ ਹੈ ਹਵਨ ਦੀ ਅਗਨੀ ਦਾ ਪਰਛਾਵਾਂ ਕਿਸੇ ਰਿਸ਼ੀ ਨੇ ਬਾਲੀ ਹੋਵੇਗੀ ਜੰਗਲਾਂ ਵਿੱਚ ਨਹੀਂ ਹਿਮਾਲਿਆ ਦੀਆਂ ਠੰਡੀਆਂ یخ برفਾਂ ਨਾਲ ਕੱਜੀਆਂ ਚੋਟੀਆਂ ਉੱਤੇ ਮੈਂ ਠੰਡੀ ਹਾਂ ਬਰਫ਼ ਆ ਮੈਂ ਉਦਾਸ ਹੋ ਜਾਂਦੀ ਕਿੰਨੀ ਮੁਸੀਬਤ ਸੀ ਇਹ ਵੀ ਬਲਦੇਵ ਦੇ ਖਿਆਲ ਨਾਲ ਹੀ ਪਿੰਡੇ ਦੇ ਲੂਨ ਲੂ ਵਿੱਚੋਂ ਸੇਕ ਨਿਕਲਦਾ ਸੀ ਪਰ ਮੈਂ ਇਹ ਸਭ ਕੁਝ ਉਹਦੇ ਕੋਲੋਂ ਲੁਕਾ ਕੇ ਰੱਖਦੀ ਸਾਂ ਬੀਜੀ ਨੇ ਪਹਿਲੇ ਦਿਨੋਂ ਹੀ ਇਹੀ ਸਿਖਾਇਆ ਸੀ ਸਿੱਧੀ ਗੱਲ ਕਰਕੇ ਨਹੀਂ ਹਜ਼ਾਰ ਤਰੀਕਿਆਂ ਨਾਲ ਜਿਵੇਂ ਹਰ ਸ਼ਰੀਫ ਮਾਂ ਆਪਣੀ ਹਰ ਸ਼ਰੀਫ ਬੇਟੀ ਨੂੰ ਸਿਖਾਉਂਦੀ ਏ ਸੋਚਦੀ ਸਾਂ ਸੇਕ ਨੂੰ ਛੁਪਾ ਕੇ ਨਹੀਂ ਰੱਖਾਂਗੀ ਤਾਂ ਬਲਦੇਵ ਸੋਚਣਗੇ ਕਿ ਮੈਂ ਚੰਗੀ ਕੁੜੀ ਨਹੀਂ ਇਹ ਤਾਂ ਬਹੁਤ ਮਗਰੋਂ ਅੱਜ ਸੋਚਦੀ ਹਾਂ ਕਿ ਚੰਗਿਆਂ ਬਣ ਕੇ ਮੈਂ ਕੀ ਖੱਟਣਾ ਸੀ ਬਲਦੇਵ ਦੇ ਮਨ ਵਿੱਚ ਸ਼ਾਇਦ ਇਹੋ ਰਵਾਇਤੀ ਖਿਆਲ ਉਹਨਾਂ ਦੀ ਮਾਂ ਨੇ ਪਾਏ ਹੋਣਗੇ ਪਤਾ ਨਹੀਂ ਉਹ ਕਹਿੰਦੇ ਤੂੰ ਮੇਰੇ ਲਈ ਪੂਜਾ ਦੇ ਵਾਸਤੇ ਤੇ ਮੰਦਰ ਦੀਆਂ ਮੂਰਤੀਆਂ ਨੂੰ ਛੋਹੀਦਾ ਨਹੀਂ ਉਹਨਾਂ ਦਾ ਸੁਨਹਿਰੀ ਪਾਲਿਸ਼ ਉਂਗਲਾਂ ਦੇ ਪੋਟਿਆਂ ਨੂੰ ਲੱਗ ਜਾਂਦਾ ਏ ਪਰ ਮੇਰੇ ਤੇ ਤਾਂ ਕੋਈ ਪਾਲਿਸ਼ ਨਹੀਂ ਮੈਂ ਤਾਂ ਅਣਕੱਜਿਆ ਅਹਿਸਾਸ ਹਾਂ ਨਗਨ ਸੱਚ ਕੋਈ ਮੁਲੰਮਾ ਨਹੀਂ ਝੋਕੇ ਵੇਖਦਾ ਸਹੀ ਮੇਰੇ ਮਹਿਬੂਬ ਮੈਂ ਕਹਿਣਾ ਚਾਹੁੰਦੀ ਪਰ ਕਹਿ ਨਾ ਸਕਦੀ ਅਜੀਬ ਗੱਲ ਏ ਜਦੋਂ ਅਸੀਂ ਜੀ ਸਕਦੇ ਹਾਂ ਜ਼ਿੰਦਗੀ ਦੇ ਦਰਵਾਜ਼ੇ ਸਾਡੇ ਲਈ ਖੁੱਲੇ ਹੁੰਦੇ ਨੇ ਉਦੋਂ ਇੱਕ ਬੇਸਿਰ ਪੈਰ ਦੀ ਝਿਜਕ ਸਾਡੇ ਪੈਰਾਂ ਨੂੰ ਬੰਨ੍ਹ ਖਲੌਂਦੀ ਏ ਮਗਰੋਂ ਬਹੁਤ ਮਗਰੋਂ ਜਦੋਂ ਸਾਰੀਆਂ ਝਿਜਕਾਂ ਤੋਂ ਮੁਕਤ ਹੋ ਜਾਂਦੇ ਹਾਂ ਤਾਂ ਜ਼ਿੰਦਗੀ ਦੇ ਦਰਵਾਜ਼ੇ ਬੰਦ ਹੋ ਚੁੱਕੇ ਹੁੰਦੇ ਨੇ ਬਲਦੇਵ ਉਦੋਂ ਆਈਐਸ ਦੀ ਤਿਆਰੀ ਕਰ ਰਹੇ ਸਨ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਮੈਨੂੰ ਵੀ ਵਧੀਆ ਕਿਤਾਬਾਂ ਪੜ੍ਹਨ ਲਈ ਲਿਆ ਦਿੰਦੇ ਸੱਚੀ ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸਣੀ ਭੁੱਲ ਹੀ ਗਈ ਇਹ ਬਹੁਤ ਸ਼ੁਰੂ ਦੇ ਦਿਨਾਂ ਦੀ ਗੱਲ ਏ ਜਦੋਂ ਉਹ ਮੈਨੂੰ ਕਾਲਜ ਵਿੱਚ ਪੜ੍ਹਾਉਂਦੇ ਸਨ ਉਦੋਂ ਬਲਦੇਵ ਅਜੇ ਮੈਨੂੰ ਬਿਲਕੁਲ ਬੱਚੀ ਸਮਝਦੇ ਸਨ ਤੇ ਉਹਨਾਂ ਨੂੰ ਇਹ ਦੱਸਣ ਲਈ ਕਿ ਮੈਂ ਬੱਚੀ ਨਹੀਂ ਮੈਂ ਪਹਿਲੀ ਕਹਾਣੀ ਲਿਖੀ ਪਤਾ ਨਹੀਂ ਉਹ ਕਿਹੜਾ ਫੰਕਸ਼ਨ ਸੀ ਤੇ ਕਿੱਥੇ ਸੀ ਸਿਰਫ ਇੰਨਾ ਯਾਦ ਹੈ ਕਿ ਬਹੁਤ ਵੱਡਾ ਹਾਲ ਸੀ ਬਹੁਤ ਉੱਚੀ ਸਟੇਜ ਸੀ ਬਹੁਤ ਸਾਰੀਆਂ ਬੱਤੀਆਂ ਸਨ ਹਜ਼ਾਰਾਂ ਲੋਕ ਸਨ ਸਟੇਜ ਤੇ ਤੇ ਸਟੇਜ ਦੇ ਸਾਹਮਣੇ ਬੈਠੇ ਬਹੁਤ ਸਾਰੇ ਖਾਸ ਮਹਿਮਾਨ ਸਨ ਪਰ ਮੈਨੂੰ ਸਿਰਫ ਇੱਕ ਬਲਦੇਵ ਦਾ ਮੂੰਹ ਨਜ਼ਰ ਆ ਰਿਹਾ ਸੀ ਬਾਕੀ ਸਭ ਕੁਝ ਤਰਲ ਸੀ ਪਾਣੀ ਵਰਗਾ ਬਲਦੇਵ ਦਾ ਚਿਹਰਾ ਉਸ ਵਿਸ਼ਾਲ ਪਾਣੀ ਵਿਚਕਾਰ ਇੱਕ ਟਾਪੂ ਸੀ ਤੇ ਮੈਂ ਪਾਣੀ ਵਿੱਚੋਂ ਤੈਰਦੀ ਹੋਈ ਉਸ ਟਾਪੂ ਤੱਕ ਪਹੁੰਚਣ ਦਾ ਯਤਨ ਕਰ ਰਹੀ ਸਾਂ ਮੈਂ ਆਪਣੀ ਪਹਿਲੀ ਕਹਾਣੀ ਉੱਥੇ ਪਹਿਲੀ ਵਾਰੀ ਸੁਣਾਈ ਸੀ ਕਹਾਣੀ ਸੁਣਾ ਕੇ ਅਜੇ ਮੈਂ ਸਟੇਜ ਦੇ ਪਿਛਲੇ ਪਾਸੇ ਖੜੋਤੀ ਸਾਂ ਕੰਬਦੀ ਹੋਈ ਗਰਮ ਗੱਲਾਂ ਤੇ ਪਸੀਨੇ ਨਾਲ ਗੱਚ ਤਲੀਆਂ ਨੂੰ ਮਹਿਸੂਸ ਕਰਦੀ ਹੋਈ ਕਿ ਦੋ ਚਿਟਾਂ ਕਿਸੇ ਨੇ ਮੇਰੇ ਹੱਥ ਲਿਆ ਫੜਾਈਆਂ ਇੱਕ ਚਿਟ ਬਲਦੇਵ ਦੀ ਸੀ ਮੁਬਾਰਕ ਬਲਦੇਵ ਤੇ ਦੂਜੀ ਚਿਟ ਕਹਾਣੀ ਵਧੀਆ ਏ ਜੇ ਠੀਕ ਸਮਝੋ ਤਾਂ ਇਸ ਨੂੰ ਨਵੀਆਂ ਕੀਮਤਾਂ ਲਈ ਦੇ ਦਿਓ RAM SINGH ਮਗਰੋਂ ਇੱਕ نہایت ਸੰਜੀਦਾ ਬੰਦਾ ਮੇਰੇ ਕੋਲ ਆਇਆ ਖਦਰ ਦਾ কুর্তা ਪਜਾਮਾ ਤੇ ਵਾਸਕਟ ਸਫੈਦ ਖਦਰ ਦੀ ਪੱਗ ਮੈਂ RAM SINGH ਹਾਂ ਮੈਂ ਕਹਾਣੀ ਉਸੇ ਤਰ੍ਹਾਂ ਉਹਨਾਂ ਨੂੰ ਪੜਾ ਦਿੱਤੀ ਤੇ ਇੰਜ ਉਸ ਅਜੀਤ ਕੌਰ ਦਾ ਜਨਮ ਹੋਇਆ ਜਿਹੜੀ ਕਹਾਣੀਕਾਰ ਹੈ ਬਲਦੇਵ ਨੂੰ ਮੈਂ ਸਟੇਜ ਦੇ ਪਿਛਲੇ ਪਾਸੇ ਖੜੀ ਉਡੀਕਦੀ ਰਹੀ ਕੰਬਦੀ ਹੋਈ ਪਰ ਉਹ ਨਹੀਂ ਆਇਆ ਅਗਲੇ ਦਿਨ ਉਹਨਾਂ ਨੇ ਪਹਿਲੀ ਵਾਰੀ ਨਿਹਾਇਤ ਸੰਜੀਦਗੀ ਨਾਲ ਮੇਰੇ ਵੱਲ ਤੱਕਿਆ ਪਹਿਲੀ ਵਾਰੀ ਉਹਨਾਂ ਨੇ ਮੇਰਾ ਹੱਥ ਆਪਣੀ ਤਲੀ ਵਿੱਚ ਫੜ ਕੇ ਘੁੱਟਿਆ ਹੋ ਸਕਦਾ ਏ ਮੈਂ ਹੀ ਕੰਬ ਰਹੀ ਹੋਵਾਂ ਪਰ ਸੱਚ ਕਹਿੰਦੀ ਹਾਂ ਉਸ ਵੇਲੇ ਮੈਨੂੰ ਇਹੀ ਲੱਗਾ ਸੀ ਕਿ ਬਲਦੇਵ ਦੀ ਤਲੀ ਵਿੱਚੋਂ ਇੱਕ ਚਰਨਾਹਟ ਤੁਰ ਕੇ ਮੇਰੇ ਪਿੰਡੇ ਦੇ ਲਹੂ ਵਿੱਚ ਰਲ ਗਈ ਸੀ ਉਹਨਾਂ ਹੀ ਦਿਨਾਂ ਦੀ ਗੱਲ ਏ ਘਰਦਾਰ ਜੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਸ਼ਰੀਫਜ਼ਾਦੀ ਬੇਟੀ ਕੀ ਗੁਲ ਖਿਲਾ ਰਹੀ ਸੀ ਉਹ ਹੰਗਾਮਾ ਹੋਇਆ ਕਿ ਅੱਜ ਵੀ ਯਾਦ ਕੀਤੇਆਂ ਕਲੇਜਾ ਦਹਿਲ ਜਾਂਦਾ ਏ ਨੌਬਤ ਇੱਥੋਂ ਤੱਕ ਆਈ ਕਿ ਧਾਰਜੀ ਤੇ ਬੀਜੀ ਦੋਵੇਂ ਕਹਿਣ ਅਸੀਂ ਜ਼ਹਿਰ ਖਾ ਕੇ ਮਰਨ ਲੱਗੇ ਆਂ ਮੈਂ ਅਖਾਂ ਨਹੀਂ ਤੁਸੀਂ ਜਿਉ ਹੋ ਜਾਗੋ ਮੈਂ ਹੀ ਮਰ ਜਾਂਦੀ ਆਂ ਤੇ ਫਿਰ ਬਲਦੇਵ ਨੂੰ ਜਦੋਂ ਪਤਾ ਲੱਗਾ ਉਹ ਧਾਰਜੀ ਕੋਲ ਗਏ ਧਾਰਜੀ ਜਦੋਂ ਉਹਨਾਂ ਤੇ ਆਸ਼ਿਕ ਹੋ ਗਏ ਤਾਂ ਉਹਨਾਂ ਆਪਣੀ ਧੀ ਨੂੰ ਮੁਆਫ ਕਰ ਦਿੱਤਾ ਮੈਂ ਉਦੋਂ ਮਸਾ 16 17 ਵਰਿਆਂ ਦੀ ਸਾਂ ਐਮਏ ਦੀ ਪੜ੍ਹਾਈ ਜਾਰੀ ਸੀ ਸੋ ਐਮਏ ਖਤਮ ਕਰਨ ਮਗਰੋਂ ਵਿਆਹ ਦੀ ਗੱਲ ਪੱਕੀ ਹੋ ਗਈ ਹੁਣ ਮੈਂ ਮਿਲ ਸਕਣਾ ਉਹਨੂੰ ਬਿਲਕੁਲ ਨਹੀਂ ਖਤ ਲਿਖ ਸਕਣਾ ਹਾਂ ਪਰ ਬਹੁਤ ਹੀ ਨਹੀਂ ਦਾਰਜੀ ਦਾ ਮੁਗਲ ਬਾਦਸ਼ਾਹ ਵਾਂਗੂ ਘਰ ਵਿੱਚ ਹੁਕਮ ਚੱਲਦਾ ਸੀ ਬਲਦੇਵ ਵਿਚਾਰੇ ਚੂਹ ਕਰਨ ਵਾਲੇ ਕੌਣ ਸਨ ਉਹਨਾਂ ਦਿਨਾਂ ਦੇ ਬਲਦੇਵ ਦੇ ਖੱਤ ਮੇਰੇ ਕੋਲ ਅਜੇ ਵੀ ਸੰਭਾਲੇ ਹੋਏ ਨੇ ਸਿਰਫ ਉਹਨਾਂ ਦੇ ਪੁਰਾਣੇ ਕਾਗਜ਼ਾਂ ਵਿੱਚੋਂ ਪਤ ਛੜਦੇ ਪੱਤਿਆਂ ਵਰਗੀ ਖੁਸ਼ਬੂ ਆਉਂਦੀ ਏ ਖੁਸ਼ਬੂ ਵੀ ਨਹੀਂ ਇੱਕ ਹਾਂਕ ਜਹੀ ਉਹਨਾਂ ਨੂੰ ਛੋਹਿਆ ਉਹ ਮਹਿਜ਼ ਕਾਗਜ਼ ਨਹੀਂ ਜਾਪਦੇ ਲੱਗਦਾ ਏ ਜਿਵੇਂ ਖਤ ਕੋਈ ਜਾਨਦਾਰ ਚੀਜ਼ ਹੋਣ ਪਰਿੰਦਿਆਂ ਵਰਗੀ ਜਾਨਦਾਰ ਕਾਗਜ਼ਾਂ ਦੇ ਪਿੰਡੇ ਵਿੱਚ ਲੁੱਕ ਕੇ ਬੈਠੀ ਪਰਵਾਜ਼ ਦਿੱਲੀ ਵਿੱਚ ਰਹਿ ਕੇ ਨਾ ਮਿਲਣ ਦੀ ਤਿੱਖੀ ਪੀੜ ਕੋਲੋਂ ਬਚਣ ਲਈ ਬਲਦੇਵ ਨੇ ਆਈਪੀਐਸ ਦੀ ਆਪਸ਼ਨ ਦੇ ਦਿੱਤੀ ਟ੍ਰੇਨਿੰਗ ਵਾਸਤੇ ਉਹਨਾਂ ਨੂੰ ਮਾਉਂਟ ਆਬੂ ਭੇਜ ਦਿੱਤਾ ਗਿਆ ਆਪਣੀ ਮਾਂ ਨੂੰ ਮੈਂ ਉਦੋਂ ਤੋਂ ਹੀ ਬਿਮਾਰ ਵੇਖਿਆ ਸੀ ਜਦੋਂ ਦੀ ਮੈਂ ਹੋਸ਼ ਸੰਭਾਲੀ ਸੀ ਉੱਠ ਵੀ ਬੈਂਦੇ ਸਨ ਚੌਂਕੇ ਦਾ ਕੰਮਕਾਰ ਵੀ ਕਰਦੇ ਸਨ ਸਾਰਾ ਦਿਨ ਮੱਖਣ ਦੇ ਤੜਕਿਆਂ ਵਿੱਚ ਹਲਕੀ ਅੱਗ ਉੱਤੇ ਸਬਜ਼ੀਆਂ ਬਣਾ ਕੇ ਗਰਮ-ਗਰਮ ਗੋਲ ਫੁੱਲੇ ਹੋਏ ਫੁਲਕਿਆਂ ਵਿੱਚ ਮੱਖਣ ਦੇ ਚੁੰਗੇ ਕੱਢ ਕੇ ਧਾਰਜੀ ਨੂੰ ਕੋਲ ਬਿਠਾ ਕੇ ਖਵਾਉਣ ਵਿੱਚ ਉਹਨਾਂ ਨੂੰ ਸ਼ਾਇਦ ਉਹੀ ਤ੍ਰਿਪਤੀ ਮਿਲਦੀ ਹੋਵੇਗੀ ਜਿਹੜੀ ਸ਼ਾਇਰ ਨੂੰ ਨਜ਼ਮ ਲਿਖ ਕੇ ਮਿਲਦੀ ਏ ਕਲਾਕਾਰ ਨੂੰ ਪੇਂਟ ਕਰਕੇ ਮਿਲਦੀ ਏ ਸਾਰੀਆਂ ਬਿਮਾਰੀਆਂ ਨੂੰ ਚੁੱਪਚਾਪ ਆਪਣੇ ਪਿੰਡੇ ਵਿੱਚ ਸਮੇਟ ਸਮਟਾ ਕੇ ਉਹ ਸਾਰੇ ਕੰਮ ਕਰਦੇ ਰਹਿੰਦੇ ਪਰ ਕਦੇ-ਕਦੇ ਬਿਮਾਰੀਆਂ ਬਾਗੀ ਹੋਉਂਟਦੀਆਂ ਬਿਮਾਰੀਆਂ ਦੀ ਇਹੋ ਜਿਹੀ ਕਿਸੇ ਬਗਾਵਤ ਦੀ ਘੜੀ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜੀਤ ਦਾ ਵਿਆਹ ਕਰ ਦਿਓ ਛੇਤੀ ਮੇਰੇ ਜਿਉਂਦਿਆਂ ਜਿਉਂਦਿਆਂ ਬਲਦੇਵ ਨੂੰ ਫੌਰਨ ਤਲਬ ਕੀਤਾ ਗਿਆ ਉਹਨਾਂ ਨੇ ਆ ਕੇ ਕਿਹਾ ਉਂਝ ਤਾਂ ਮੈਂ ਇਹੀ ਚਾਹਨਾ ਕਿ ਮੇਰੀ ਟ੍ਰੇਨਿੰਗ ਪੂਰੀ ਹੋ ਲੋਵੇ ਜੀਤ ਦਾ ਐਵੇਂ ਖਤਮ ਹੋ ਲੋਵੇ ਤਾਂ ਮੈਂ ਵਿਆਹ ਕਰਾਂ ਪਰ ਜੇ ਤੁਸੀਂ ਇਹੀ ਚਾਹੁੰਦੇ ਹੋ ਕਿ ਹੁਣੇ ਹੋਵੇ ਇਹ ਸ਼ਾਦੀ ਤਾਂ ਠੀਕ ਹੈ ਮੈਂ ਹਾਜ਼ਰ ਹਾਂ ਇੱਕ ਲਾਈਨ ਦਾ ਖਤ ਉਹਨਾਂ ਨੇ ਮੈਨੂੰ ਲਿਖਿਆ ਜੇ ਤੂੰ ਵੀ ਇਹੀ ਚਾਹਨੀ ਹੈ ਤਾਂ ਠੀਕ ਹੈ ਮਾਫ ਕਰਨਾ ਜੇ ਇਸ ਮੁਕਾਮ ਤੇ ਮੈਂ ਫਿਲਾਸਫੀ ਦੀਆਂ ਗੱਲਾਂ ਕਰਨ ਲੱਗ ਪਾਵਾਂ ਮੁਹੱਬਤ ਵੀ ਕੰਬਖਤ ਕੈਸੀ ਸ਼ੈ ਹੈ ਕੇ ਬੰਦਾ ਇਬਾਦਤ ਵਿੱਚ ਪੂਰੀ ਜ਼ਿੰਦਗੀ ਮਹਿਬੂਬ ਦੇ ਕਦਮਾਂ ਤੇ ਧਰ ਦਿੰਦਾ ਏ ਪਰ ਜੇ ਕੋਈ ਇੱਕ ਲਫ਼ਜ਼ ਚੁੱਪ ਜਾਵੇ ਤਾਂ ਧਰਤੀ ਦੇ ਧੁਰ ਵਿੱਚਕਾਰਲੇ ਧੁਰੇ ਵਿੱਚ ਡਾਇਨਾਮਾਈਟ ਭਰ ਕੇ ਅੱਗ ਲਾ ਦੇਣ ਤੇ ਉਤਾਰੂ ਹੋ ਜਾਂਦਾ ਏ ਸਹਿਣ ਦੀ ਸ਼ਕਤੀ ਤੇ ਦਰਗੁਜ਼ਰ ਕਰਨ ਦੀ ਸ਼ਕਤੀ ਤੇ ਦੂਜੇ ਦੀ ਥਾਂਵੇਂ ਆਪ ਖਲੋ ਕੇ ਚੀਜ਼ਾਂ ਨੂੰ ਵੇਖ ਸਕਣ ਦੀ ਸ਼ਕਤੀ ਬਹੁਤ ਮਗਰੋਂ ਆਉਂਦੀ ਏ ਬਹੁਤ ਸਾਰਾ ਚਿਰ ਇਕੱਠੇ ਰਹਿਣ ਤੋਂ ਮਗਰੋਂ ਜੇ ਮੇਰੀ ਜ਼ਿੰਦਗੀ ਬਲਦੇਵ ਨਾਲ ਜੁੜ ਜਾਂਦੀ ਤਾਂ ਇਕੱਠੇ ਬਿਤਾਏ ਦਿਨਾਂ ਤੇ ਰਾਤਾਂ ਵਿੱਚੋਂ ਸਹਿ ਜਾਣ ਦੀ ਇਹ ਜਾਂਚ ਆਪੇ ਉੱਗ ਆਉਣੀ ਸੀ ਪਰ ਉਹ ਚਮਕੀਲੇ ਧੂਪਾ ਨਸ਼ਿਆਏ ਕੋਸੇ ਦਿਨ ਚੜਨ ਤੋਂ ਪਹਿਲਾਂ ਹੀ ਡੁੱਬ ਗਏ ਸਾਰੇ ਦੇ ਸਾਰੇ ਉਹ ਦੁੱਧੀਆਂ ਕਜਲਾਈਆਂ ਰਾਤਾਂ ਸਮੇਂ ਦੀ ਕੁੱਖ ਵਿੱਚ ਹੀ ਮਰ ਗਈਆਂ ਕੁੱਖ ਵਿੱਚ ਜਦੋਂ ਕੋਈ ਬਾਲ ਮਰਦਾ ਹੈ ਤਾਂ ਜ਼ਹਿਰ ਬਣ ਜਾਂਦਾ ਹੈ ਮਾਂ ਦੇ ਪਿੰਡੇ ਵਿੱਚੋਂ ਉਸ ਜ਼ਹਿਰ ਦੀ ਪੋਟਲੀ ਨੂੰ ਛੇਤੀ ਤੋਂ ਛੇਤੀ ਕੱਢ ਕੇ ਸੁੱਟ ਦੇਣਾ ਹੀ ਸਾਰਿਆਂ ਨਾਲੋਂ ਜ਼ਰੂਰੀ ਗੱਲ ਹੁੰਦੀ ਹੈ ਨਹੀਂ ਮੈਂ ਕਤਲ ਨਹੀਂ ਕੀਤਾ ਦੋਸਤੋ ਇਹਨਾਂ ਰਾਤਾਂ ਨੂੰ ਤੇ ਦਿਨਾਂ ਨੂੰ ਮੈਂ ਨਹੀਂ ਕਤਲ ਕੀਤਾ ਨਾ ਹੀ ਬਲਦੇਵ ਨੇ ਕਤਲ ਕੀਤਾ ਨਾ ਅਸੀਂ ਕਿਸੇ ਸਮਾਜ ਨਾਂ ਦੀ ਬੇਚਿਹਰੇ ਵਾਲੀ ਚੀਜ਼ ਦੇ ਸ਼ਿਕਾਰ ਹੋਏ ਇਹ ਤਾਂ ਮਹਿਜ਼ ਇੱਕ ਐਕਸੀਡੈਂਟ ਹੋ ਗਿਆ ਹਾਦਸਾ ਮਹਿਜ਼ ਇੱਕ ਹਾਦਸਾ ਕਿ ਜੇ ਤੂੰ ਵੀ ਇਹੀ ਚਾਹਨੀ ਹੈ ਪੜ ਕੇ ਹੱਸਾ ਆ ਗਿਆ ਇੰਨਾ ਗੁੱਸਾ ਕਿ ਧਰਤੀ ਦੇ ਧੁਰੇ ਵਿੱਚ ਡਾਇਨਾਮਾਈਟ ਲਗਾ ਦਿੱਤਾ ਲੱਗਾ ਕਿ ਜੇ ਤੂੰ ਚਾਹਨੀ ਹੈ ਨੇ ਮੇਰੀ ਤੋਹੀਨ ਕਰ ਦਿੱਤੀ ਹੈ ਲੱਗਾ ਕਿ ਆਉਣ ਵਾਲੇ ਸਾਲਾਂ ਵਿੱਚ ਬਲਦੇਵ ਹਮੇਸ਼ਾ ਇਹੀ ਕਿਹਾ ਕਰਨਗੇ ਤੂੰ ਹੀ ਤੇ ਚਾਹਦੀ ਸੀ ਇਹ ਇਸ ਕਰਕੇ ਹੁਣ ਗੱਡੀ ਨੂੰ ਚਲਾਉਣ ਦੀ ਜ਼ਿੰਮੇਵਾਰੀ ਤੇਰੀ ਹੀ ਹੈ ਤੁਸੀਂ ਜ਼ਰੂਰ ਕਹੋਗੇ ਬੇਵਕੂਫ ਔਰਤ ਅਰੇ ਤੁਸੀਂ ਤਾਂ ਅੱਜ ਕੀ ਆਏ ਦੋਸਤੋ ਮੈਂ ਤਾਂ ਪਿਛਲੇ ਪੰਜੀਆਂ ਵਰਿਆਂ ਤੋਂ ਇਹੀ ਕਹਿ ਰਹੀ ਆਂ ਬਹੁਤ ਸਾਰੇ ਸਾਲਾਂ ਮਗਰੋਂ ਮੈਂ ਇੱਕ ਦਿਨ ਰਿਜ ਦੀ ਉਹੀ ਸੜਕ ਲੱਭਣ ਤੁਰੀ ਉਸੇ ਰਾਹ ਤੁਰੀ ਪਰ ਉਹ ਸੜਕ ਪਤਾ ਨਹੀਂ ਕਿੱਥੇ ਗਵਾਚ ਗਈ ਸੀ ਕਦੇ ਸੁਣਿਆ ਹੈ ਤੁਸੀਂ ਕਿ ਇੱਕ ਪੂਰੀ ਦੀ ਪੂਰੀ ਸੜਕ ਸ਼ਹਿਰ ਦੇ ਇਤਿਹਾਸ ਵਿੱਚੋਂ ਗੁਮ ਹੋ ਜਾਵੇ ਇਤਿਹਾਸ ਵਿੱਚੋਂ ਵੀ ਤੇ ਭੂਗੋਲ ਵਿੱਚੋਂ ਵੀ ਮੈਂ ਕਿੰਨਾ ਹੀ ਚਿਰ ਉਹਨੂੰ ਮੇਲੇ ਵਿੱਚ ਗਵਾਚੇ ਬਾਲ ਵਾਂਗੂੰ ਲੱਭਦੀ ਰਹੀ ਪਰ ਲੱਗਦਾ ਸੀ ਕਿ ਨਵੀਆਂ ਸੜਕਾਂ ਦੇ ਰੌਲੇ ਵਿੱਚ ਉਹ ਵਿਚਾਰੀ ਪੁਰਾਣੀ ਸੜਕ ਕਿਤੇ ਜ਼ਿਬਾ ਹੋ ਗਈ ਸੀ ਉਹ ਸੜਕ ਵੀ ਉਸ ਸੜਕ ਤੇ ਉੱਗੇ ਸਾਰੇ ਬੀਬੇ ਰੁੱਖ ਵੀ ਜੁਗਾਲੀ ਕਰਦੀਆਂ ਭੇਡਾਂ ਵਰਗੀਆਂ ਚਟਾਨਾਂ ਵੀ ਘਾਹ ਦੀਆਂ ਟੜਾਂ ਵਿੱਚ ਕੰਬਦੀ ਧੁੱਪ ਵੀ ਘਾਹ ਦਾ سبز ਰੰਗ ਵੀ ਪੁਰਾਣੇ ਠੱਠੇ ਖੰਡਰ ਵੀ ਸਭ ਕੁਝ ਮੈਸਕਰ ਕਤਲੇਆਮ ਨਵੀਆਂ ਸੜਕਾਂ ਕਿਸੇ ਹੋਰ ਪਾਸਿਓਂ ਜਾਂਦੀਆਂ ਸਨ ਨਵੀਆਂ ਸੜਕਾਂ ਨੂੰ ਘੜਨ ਵੇਲੇ ਜਿਹੜੀਆਂ ਚਟਾਨਾਂ ਨੂੰ ਤੋੜਿਆ ਗਿਆ ਸੀ ਉਹਨਾਂ ਦੇ ਕਲੇਜੇ ਦੀ ਲਾਲੀ ਅਜੇ ਨਵੀਂ ਨਕੋਰ ਸੀ ਤਾਜ਼ਾ ਡੁੱਲੇ ਲਹੂ ਵਰਗੀ ਥੋੜੀਆਂ ਜਿਹੀਆਂ ਝਾੜੀਆਂ ਵੀ ਅਜੇ ਤੱਕ ਜੀ ਭਿਆਣੀਆਂ ਖੜੋਤੀਆਂ ਸਨ ਪਰ ਇਹ ਉਹ ਝਾੜੀਆਂ ਨਹੀਂ ਸਨ ਜਿਨ੍ਹਾਂ ਨਾਲ ਮੇਰੀ ਵਾਕਫੀਅਤ ਸੀ ਬਹੁਤ ਸਾਲਾਂ ਮਗਰੋਂ ਪੁਰਾਣੇ ਗੁਜ਼ਰੇ ਹੋਏ ਰਸਤਿਆਂ ਨੂੰ ਲੱਭੀਏ ਤਾਂ ਰਸਤੇ ਜੇ ਲੱਭ ਵੀ ਪੈਣ ਤਾਂ ਉਹਨਾਂ ਦੀ ਆਪਣਾਤ ਖਤਮ ਹੋ ਚੁੱਕੀ ਹੁੰਦੀ ਹੈ ਤੇ ਮੈਨੂੰ ਤਾਂ ਰਸਤੇ ਹੀ ਨਹੀਂ ਸਨ ਮਿਲ ਰਹੇ ਕੋਈ ਸ਼ਹਿਜ਼ਾਦੀ ਤਾਂ ਨਹੀਂ ਸਮੈ ਪਰ ਫਿਰ ਵੀ ਕਿੱਸਿਆਂ ਦੀਆਂ ਸ਼ਹਿਜ਼ਾਦੀਆਂ ਵਾਂਗੂ ਇੱਕ ਸਖੀ ਦੇ ਹੱਥ ਬਲਦੇਵ ਨੂੰ ਖਤ ਭੇਜਦੀ ਹੁੰਦੀ ਸਾਂ ਉਹੀ ਦੋਸਤ ਕੁੜੀ ਉਹਨਾਂ ਦੇ ਖਤ ਮੇਰੇ ਤੱਕ ਪਹੁੰਚਾਉਂਦੀ ਸੀ ਐਮਰਜੈਂਸੀ ਦਾ ਦੌਰ ਸੀ ਉਹ ਡਾਕ ਵਿੱਚ ਆਏ ਖਤਾਂ ਦਾ ਸੈਂਸਰ ਹੋਣਾ ਲਾਜ਼ਮੀ ਗੱਲ ਸੀ ਕਬੂਤਰਾਂ ਦਾ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ ਹੋਇਆ ਸੀ ਉਸੇ ਦੋਸਤ ਕੁੜੀ ਨੇ ਬਲਦੇਵ ਨੂੰ ਬੜੇ ਉਲਾਮੇ ਨਾਲ ਮੇਰਾ ਫੈਸਲਾ ਦੱਸਿਆ ਸੀ ਤੇ ਬਲਦੇਵ ਨੇ ਉਹਨੂੰ ਬੜੀ ਫਿਲਾਸਫੀ ਸਮਝਾਈ ਸੀ ਕਿ ਮੁਹੱਬਤ ਤਾਂ ਪੂਜਾ ਦੀ ਵਸਤੇ ਇਸ਼ਕ ਤਾਂ ਪਹਾੜਾਂ ਦੀਆਂ ਧੁਰ ਉਤਲੀਆਂ ਚੋਟੀਆਂ ਤੇ ਰੂਹ ਦੀਆਂ ਸ਼ਫਾਫ ਚਮਕੀਲੀਆਂ ਮਹੀਨ ਤੁਰੀਆਂ ਵਾਂਗੂ ਡਿੱਗਦੀ ਬਰਫ਼ ਦਾ ਨਾਂ ਏ। ਮੁਹੱਬਤ ਤਾਂ ਇਬਾਦਤ ਏ, ਸਜਦਾ ਏ। ਵਿਆਹ ਸ਼ਿਆਨ ਨਾਲੇ ਦਾ ਕੀ ਵਿਗੜਨਾ ਸੌਰਨਾ ਏ? ਇਕੱਠੇ ਰਹੋ, ਨਾ ਰਹੋ। ਇਬਾਦਤ ਵਿੱਚ ਕੀ ਫਰਕ ਪੈਣਾ ਏ? ਵਗੈਰਾ, ਵਗੈਰਾ। ਖੈਰ, ਕਿੱਸਾ ਮੁਖ्तसर ਏ ਕਿ ਤੁਹਾਡੀ ਇਸ ਕਿੱਸਾ ਗੋ ਦਾ ਵਿਆਹ ਤੈ ਹੋ ਗਿਆ। ਜ਼ਾਹਿਰ ਏ ਕਿਸੇ ਹੋਰ ਨਾਲ। ਮੇਰੀ ਉਸੇ ਦੋਸਤ ਕੁੜੀ ਨੇ ਬਲਦੇਵ ਨੂੰ ਖਬਰ ਭੇਜ ਦਿੱਤੀ। ਬਲਦੇਵ ਉਦੋਂ ਮਾਊਂਟ ਆਬੂ ਸਨ। IPSD ਟ੍ਰੇਨਿੰਗ ਤੇ ਵਿਆਹ ਹੋ ਗਿਆ ਉਹ ਸਾਰਾ ਕਿੱਸਾ ਤੁਹਾਨੂੰ ਫੇਰ ਸੁਣਾਵਾਂਗੀ ਚੌਦਨਾ ਮਗਰੋਂ ਨਿੱਕਾ ਵੀਰ ਜਸਬੀਰ ਕਰਨਾਲ ਮੇਰੇ ਸਹੁਰੇ ਜਾ ਕੇ ਮੈਨੂੰ ਦਿੱਲੀ ਲੈ ਆਇਆ ਜਸਬੀਰ ਅੱਜਕੱਲ ਬਹੁਤ ਵੱਡਾ ਡਾਕਟਰ ਏ ਤੇ ਇਸ ਕਰਕੇ ਡਾਕਟਰ 99% ਦੀ ਏ ਤੇ ਵੀਰ ਬਸ 1% ਦੀ ਰਹਿ ਗਿਆ ਏ ਉਹ ਵੀ ਇਸ ਕਰਕੇ ਕਿ ਉਹਦੇ ਤੇ ਮੇਰੇ ਮਾਂ ਪਿਓ ਨੇ ਇਹ ਰੁਤਬਾ ਉਹਦੇ ਲਈ ਤੈਅ ਕੀਤਾ ਸੀ ਉਹਨੇ ਆਪ ਤਾਂ ਨਹੀਂ ਸੀ ਚੁਣਿਆ ਦਿੱਲੀ ਆਇਆ ਮੈਨੂੰ 10 ਦਿਨ ਹੋ ਗਏ ਸਨ ਤੇ ਉਸ ਤੋਂ ਅਗਲੇ ਦਿਨ ਮੇਰੇ ਖਾਵੰਦ ਨੇ ਕਰਨਾਲੋਂ ਮੈਨੂੰ ਵਾਪਸ ਲੈਣ ਆਉਣਾ ਸੀ ਕਿ ਮੇਰੀ ਉਸੇ ਸਖੀ ਦੀਸ਼ ਨੇ ਇੱਕ ਖਾਤਮੇ ਨੂੰ ਲਿਆ ਕੇ ਫੜਾਇਆ ਖਤ ਬਲਦੇਵ ਦਾ ਸੀ ਜਿਸ ਗੱਲ ਦੀ ਮੈਨੂੰ ਤੇਰੇ ਵਿਆਹ ਤੋਂ ਮਗਰੋਂ ਸਮਝ ਆਈ ਏ ਉਸ ਗੱਲ ਦਾ ਜੇ ਪਹਿਲਾਂ ਹੀ ਪਤਾ ਲੱਗ ਜਾਂਦਾ ਤਾਂ ਅੱਜ ਇਸ ਭਿਆਨਕ ਤੂਫਾਨ ਵਿੱਚੋਂ ਮੈਨੂੰ ਨਾ ਗੁਜ਼ਰਨਾ ਪੈਂਦਾ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਜਦੋਂ ਸੋਚਦਾ ਹਾਂ ਕਿ ਹੁਣ ਮੈਂ ਤੇਰਾ ਹੱਥ ਫੜ ਕੇ ਧੁੱਪੇ ਬਹਿ ਕੇ ਕਦੇ ਤੇਰੇ ਨਾਲ ਗੱਲਾਂ ਨਹੀਂ ਕਰ ਸਕਾਂਗਾ ਤਾਂ ਸਾਰੇ ਜਿਸਮ ਦੇ ਅੰਦਰ ਵਾਰ ਦਿਲ ਦਿਮਾਗ ਵਿੱਚ ਇਕ ਖੌਫਨਾਕ ਤੂਫਾਨ ਉੱਠਦਾ ਏ ਇਹ ਤੂਫਾਨ ਇੰਨਾ ਵਸੀ ਹੈ ਤੇ ਇੰਨਾ ਭਿਆਨਕ ਕਿ ਇਸ ਵਿਚਾਰੇ ਜਿਸਮ ਦੀ ਨਿੱਕੀ ਜਹੀ ਹੱਦ ਦੇ ਅੰਦਰ ਸਿਮਟ ਨਹੀਂ ਰਿਹਾ ਜ਼ਿੰਦਗੀ ਵਿੱਚ ਪਹਿਲੀ ਵਾਰੀ ਤੈਨੂੰ ਬਾਹਾਂ ਵਿੱਚ ਸਿਮੇਟਣ ਲਈ ਵਿਆਕੁਲ ਹਾਂ ਪਹਿਲੀ ਵਾਰੀ ਮਹਿਸੂਸ ਹੋਇਆ ਏ ਕਿ ਪਿੰਡੇ ਦੀ ਛੋਹ ਤੋਂ ਬਿਨਾਂ ਰੂਹ ਦੀ ਛੋਹ ਬੇਮਾਇਨੀ ਹੈ ਪਿਛਲੇ ਤਿੰਨਾਂ ਵਰਿਆਂ ਤੋਂ ਮੈਂ ਜਿਨ੍ਹਾਂ ਭੁਲੇਖਿਆਂ ਵਿੱਚ ਜੀ ਰਿਹਾ ਸਾਂ ਉਹਨਾਂ ਨੂੰ ਤੋੜਨ ਲਈ ਸ਼ਾਇਦ ਇਹ ਤੇਰੇ ਵਿਆਹ ਦਾ ਹਾਦਸਾ ਜ਼ਰੂਰੀ ਸੀ ਮੈਂ ਸਿਰਫ ਤੈਨੂੰ ਲੈਣਾ ਆ ਮਾਉਂਟ ਆਬੂ ਤੋਂ ਕੱਲ ਰਾਤ ਸਟੇਸ਼ਨ ਤੇ ਤੇਰੀ ਇੰਤਜ਼ਾਰ ਕਰਾਂਗਾ ਜੇ ਤੂੰ ਨਾ ਆਈ ਤਾਂ 15 ਦਿਨ ਮਾਉਂਟਾਬੂ ਇੰਤਜ਼ਾਰ ਕਰਾਂਗਾ ਜੇ ਤੂੰ ਫੇਰ ਵੀ ਨਾ ਆਈ ਤਾਂ 2 ਨਵੰਬਰ ਨੂੰ ਰਾਤ ਦੇ 12 ਵਜੇ ਆਪਣੇ ਪਿਸਤੌਲ ਨੂੰ ਪੁਰਪੁੜੀ ਤੇ ਰੱਖ ਕੇ ਕਿਸੇ ਗੁੱਸੇ ਗਿਲੇ ਕਰਕੇ ਨਹੀਂ ਤੇਰੇ ਖਿਲਾਫ ਰੋਸ ਨਾਲ ਵੀ ਨਹੀਂ ਸਿਰਫ ਇਸ ਕਰਕੇ ਕਿ ਇਹ ਪੀੜ ਜਰਨੀ ਮੇਰੇ ਵੱਸ ਦੀ ਗੱਲ ਨਹੀਂ ਉਹ 10 ਅਕਤੂਬਰ ਦੀ ਸਵੇਰ ਸੀ ਕਾਲੀ ਸਵੇਰ ਧੁਆਂਖੀ ਹੋਈ ਦੀਸ਼ ਦੇ ਨਾਲ ਹੀ ਭੱਜੀ-ਭੱਜੀ ਬਲਦੇਵ ਦੇ ਘਰ ਗਈ ਕਰ ਨਹੀਂ ਘਰ ਦੇ ਬਾਹਰਲੀ ਗਲੀ ਦੇ ਪਰਲੇ ਸਿਰੇ ਤੱਕ ਦੀਸ਼ ਉਹਨੂੰ ਘਰੋਂ ਜਾ ਕੇ ਸੱਦ ਲਈ ਜੇ ਪਿੰਡੇ ਵਿੱਚ ਕੋਈ ਪੁਚਾਲ ਆਉਂਦਾ ਏ ਤਾਂ ਉਹ ਪੁਚਾਲ ਵਾਲਾ ਹੀ ਖਿੰਸੀ ਪੈਰਾਂ ਦੇ ਹੇਠਾਂ ਜ਼ਮੀਨ ਨਹੀਂ ਸੀ ਤੂਫਾਨਾਂ ਵਾਲੇ ਪਾਣੀਆਂ ਤੇ ਤੈਰਦਾ ਇੱਕ ਸ਼ਿਕਸਤਾ ਟੁੱਟਾ ਪੱਜਾ ਲੱਕੜ ਦਾ ਫੱਟਾ ਸੀ ਸਭ ਤੋਂ ਵੱਡਾ ਮੌਜਜ਼ਾ ਸੀ ਧਾ ਕੇ ਬਲਦੇਵ ਦੇ ਗਲ ਲੱਗਣੋਂ ਆਪਣੇ ਆਪ ਨੂੰ ਰੋਕਣਾ ਕੌਣ ਕਹਿੰਦਾ ਏ ਇਨਸਾਨ ਕਮਜ਼ੋਰ ਏ ਅਰੇ ਇਨਸਾਨ ਤਾਂ ਬਹਾਦਰੀ ਦੇ ਉਹ ਉਹ ਕਾਰਨਾਮੇ ਕਰ ਗੁਜ਼ਰਦਾ ਏ ਕਿ ਆਫਰੀਨ ਮੈਂ ਬਹਿਕ ਨਹੀਂ ਰਹੀ ਦੋਸਤੋ ਪਰ ਸੱਚ ਕਹਿੰਦੀ ਆ ਕਿ ਇਨਸਾਨ ਦੀ ਬਹਾਦਰੀ ਦੇ ਕਰਿਸ਼ਮੇ ਵਰਗੇ ਕਾਰਨਾਮਿਆਂ ਨੂੰ ਚਾਰ ਨਹੀਂ 4000 ਵੇਦਾਂ ਵਿੱਚ ਵੀ ਨਹੀਂ ਵਲੇਟਿਆ ਜਾ ਸਕਦਾ ਪਰ ਅਜੀਬ ਗੱਲ ਏ ਕਿ ਅਸਲੀ ਬਹਾਦਰੀ ਦੇ ਕਾਰਨਾਮੇ ਕਦੇ ਕਿਸੇ ਨੇ ਬਿਆਨ ਨਹੀਂ ਕੀਤੇ ਜਿਹੜੀ ਬਹਾਦਰੀ ਬਿਆਨ ਕੀਤੀ ਜਾਂਦੀ ਏ ਉਸ ਵਿੱਚ ਖੂਬਸੂਰਤੀ ਨਹੀਂ ਸਗੋਂ ਬਹੁਤ ਸਾਰਾ ਕੋਝ ਛੁਪਿਆ ਹੁੰਦਾ ਏ ਹੋਰ ਨਾ ਮਨੁੱਖਾਂ ਦੀ ਮੌਤ ਛੁਪੀ ਹੁੰਦੀ ਏ ਤਬਾਹੀ ਛੁਪੀ ਹੁੰਦੀ ਏ ਕੁੰਦ ਜ਼ਹਿਨ ਤਾਂ ਹਾਂ ਹੀ ਪਰ ਇਕਬਾਲ ਕਰਦੀ ਹਾਂ ਕਿ ਮੈਦਾਨੇ ਜੰਗ ਵਿੱਚ ਹੋਈਆਂ ਬਹਾਦਰੀਆਂ ਦੀ ਗੱਲ ਮੈਨੂੰ ਕਦੀ ਸਮਝ ਨਹੀਂ ਆਈ ਲੜਾਈ ਦੀ ਹਰ ਖਬਰ ਸੁਣ ਕੇ ਸਿਰਫ ਇਹੀ ਖਿਆਲ ਆਉਂਦਾ ਏ ਹਾਈ ਵਿਚਾਰੇ ਕੁੱਕੜ ਲੱਗਦਾ ਏ ਦੋ ਖੌਫਨਾਕ ਵੱਡੀਆਂ ਕਾਲੀਆਂ ਮੁੱਛਾਂ ਵਾਲੇ ਬੰਦੇ ਆਪਣੇ ਕਿਸੇ ਨਾ ਕਿਸੇ ਫਾਇਦੇ ਲਈ ਚਾਹੇ ਉਹ ਹੌਮੇ ਦੀ ਤਸੱਲੀ ਹੋਵੇ ਜਾਂ ਲੋਕਾਂ ਦੀਆਂ ਲੱਗੀਆਂ ਸ਼ਰਤਾਂ ਕਰਕੇ ਪੈਸੇ ਦੀ ਤਸੱਲੀ ਆਪਣੇ ਆਪਣੇ ਕੁੱਕੜ ਲੜਾ ਰਹੇ ਨੇ ਜੇ ਕੁੱਕੜ ਆਪਸ ਵਿੱਚ ਸਮਝੌਤਾ ਕਰ ਲੈਣ ਕਿ ਆਪਾਂ ਤਾਂ ਭਰਾ ਭਰਾ ਕੁੱਕੜ ਹੀ ਆ ਆਪਾਂ ਨਹੀਂ ਲੜਨਾ ਤੱਕੋ ਮੈਂ ਬਹਿਕ ਰਹੀ ਆ ਤੁਸੀਂ ਟੋਕਦੇ ਕਿਉਂ ਨਹੀਂ ਜੀ ਬਹਿਕ ਹੀ ਰਹੀ ਆ ਤਾਂ ਇੱਕ ਗੱਲ ਹੋਰ ਵੀ ਦੱਸ ਦਿਆਂ ਰਿਪਬਲਿਕ ਡੇ ਪਰੇਡ ਵਿੱਚ ਫੌਜੀਆਂ ਨੂੰ ਮਾਰਚ ਕਰਦੇ ਹਾਂ ਤੱਕ ਕੇ ਹਮੇਸ਼ਾ ਲਾਹੌਰ ਪਾਰਟੀ ਦਰਵਾਜ਼ੇ ਦੇ ਬਾਹਰ ਬਕਰੀਦ ਵਾਲੇ ਦਿਨ ਮਹਿੰਦੀ ਨਾਲ ਸ਼ਿੰਗਾਰੇ ਬੱਕਰੇ ਯਾਦ ਆਉਂਦੇ ਨੇ ਖੈਰ ਛੱਡੋ ਇਸ ਬੋਲੀ ਦੀ ਇਸ ਦੁਨੀਆ ਵਿੱਚ ਕਿਹਨੂੰ ਸਮਝ ਆਉਣੀ ਹੈ ਪਰ ਸੋਚਣ ਤੇ ਤਾਂ ਕੋਈ ਵੀ ਸੈਂਸਰ ਨਹੀਂ ਨਾ ਲੱਗ ਸਕਦਾ ਖੈਰ ਬੜੀ ਬਹਾਦਰੀ ਨਾਲ ਖੜੀ ਰਹੀ ਦੂਰੋਂ ਬਲਦੇਵ ਨੂੰ ਆਪਣੇ ਵੱਲ ਤੁਰਦਿਆਂ ਆਉਂਦਿਆਂ ਵੇਖਦੀ ਆਪਣੀ ਉਸੇ ਤਰੰਨਵੀ ਚਾਲ ਨਾਲ ਮੈਨੂੰ ਨਹੀਂ ਪਤਾ ਕਿਸ ਵੇਲੇ ਦੀਸ਼ ਤੁਰ ਗਈ ਕਿਸ ਵੇਲੇ ਬਲਦੇਵ ਨੇ ਟੈਕਸੀ ਲਈ ਕਿਹੜੇ ਰਾਹਾਂ ਤੋਂ ਉਹ ਟੈਕਸੀ ਗੁਜ਼ਰੀ ਮੈਨੂੰ ਸਿਰਫ ਇਹ ਪਤਾ ਏ ਕਿ ਉਹ ਮੇਰੇ ਕੋਲ ਸਨ ਤੇ ਮੇਰਾ ਹੱਥ ਉਹਨਾਂ ਨੇ ਘੁੱਟ ਕੇ ਫੜਿਆ ਹੋਇਆ ਸੀ ਪਤਾ ਨਹੀਂ ਕਿਸ ਤਰ੍ਹਾਂ ਤੇ ਕਿਉਂ ਉਹ ਮੈਨੂੰ ਰੌਸ਼ਨਾਰਾ ਬਾਗ ਲੈ ਗਏ ਉੱਥੇ ਅਸੀਂ ਅੱਗੇ ਕਦੇ ਨਹੀਂ ਸੰਗੇ ਨਵੀਂ ਥਾਂ ਤੇ ਪਤਾ ਨਹੀਂ ਕਿਉਂ ਗਏ ਉਸ ਦਿਨ ਸ਼ਾਇਦ ਇਸ ਲਈ ਕਿ ਦੇਵ ਆਪਣੀਆਂ ਜਾਨੂ ਚਟਾਨਾਂ ਤੋਂ ਤੇ ਜਾਨੂ ਰੁੱਖਾਂ ਤੋਂ ਨਜ਼ਰਾਂ ਚੁਰਾ ਕੇ ਇੱਧਰ ਉਪਰੀ ਥਾਵੇਂ ਆ ਗਏ ਸਨ ਬਾਗ ਦੇ ਪਰਲੇ ਖੂਂਜੇ ਵਿੱਚ ਮਾਲੀ ਦੀ ਝੁੱਗੀ ਸੀ ਮਾਲੀ ਨਾਲ ਉਹਨਾਂ ਦੀ ਦੋਸਤੀ ਲੱਗਦੀ ਸੀ ਕਿਉਂਕਿ ਉਹ ਬੜੇ ਨਿੱਗ ਨਾਲ ਮਿਲਿਆ ਤੇ ਇੱਕ ਸੰਘਣੇ ਰੁੱਖ ਦੇ ਹੇਠਾਂ ਉਹਨੇ ਸਾਨੂੰ ਮੰਜੀ ਰਾਹ ਦਿੱਤੀ ਪਾਣੀ ਦੀ ਸੁਰਾਈ ਤੇ ਮਿੱਟੀ ਦਾ ਕਸੋਰਾ ਵੀ ਕੋਲ ਲਿਆ ਰੱਖਿਆ ਠੰਡਾ ਪਾਣੀ ਕਸੋਰੇ ਵਿੱਚ ਭਰ ਕੇ ਉਹਨੇ ਪਹਿਲਾਂ ਮੈਨੂੰ ਪਿਆਇਆ ਫਿਰ ਬਲਦੇਵ ਨੂੰ ਤੇ ਫਿਰ ਘੰਟਿਆਂ ਦੇ ਘੰਟੇ ਗੁਜ਼ਰ ਗਏ ਬਿਲਕੁਲ ਖਾਮੋਸ਼ ਤੁਸੀਂ ਮੰਨਣਾ ਤਾਂ ਨਹੀਂ ਪਰ ਸੱਚ ਕਹਿੰਦੀ ਹਾਂ ਉਸ ਦਿਨ ਖਾਮੋਸ਼ੀ ਨੇ ਜਿੰਨੀਆਂ ਗੱਲਾਂ ਕੀਤੀਆਂ ਉਹ ਪਿਛਲੇ 3 ਵਰਿਆਂ ਵਿੱਚ ਵੀ ਅਸੀਂ ਨਹੀਂ ਸੁਣ ਕੀਤੀਆਂ ਖਾਮੋਸ਼ੀ ਵਿੱਚ ਹੋਈ ਉਸ ਗੁਫ਼ਤਗੂ ਵਿੱਚ ਇੱਕ ਤੀਜੀ ਡਾਈਮੈਂਸ਼ਨ ਵੀ ਰਲ ਗਈ ਹੋਈ ਸੀ ਤੇ ਜੇ ਕੋਈ ਚੌਥੀ ਡਾਈਮੈਂਸ਼ਨ ਵੀ ਹੁੰਦੀ ਏ ਤਾਂ ਉਹ ਵੀ ਪਰਛਾਵੇਂ ਢਲ ਗਏ ਸ਼ਾਮ ਹੋ ਗਈ ਮਾਲੀ ਨੇ ਜਦੋਂ ਆ ਕੇ ਆਪਣੇ ਚੁੱਲ੍ਹੇ ਵਿੱਚ ਫੂਕਾ ਮਾਰਨੀਆ ਸ਼ੁਰੂ ਕੀਤੀਆਂ ਤਾਂ ਬਹੁਤ ਦੂਰੋਂ ਆਉਂਦੀ ਕਿਸੇ ਪੰਛੀ ਦੀ ਚੀਕ ਵਾਂਗੂ ਵਕਤ ਦਾ ਅਹਿਸਾਸ ਮੁੜ ਆਇਆ ਚੁੱਪਚਾਪ ਅਸੀਂ ਉੱਠੇ ਚੁੱਪਚਾਪ ਬਾਹਰ ਆ ਕੇ ਟੈਕਸੀ ਲਈ ਚੁੱਪਚਾਪ ਮੇਰੇ ਘਰ ਕੋਲ ਆ ਕੇ ਬਲਦੇਵ ਨੇ ਟੈਕਸੀ ਵਾਲੇ ਨੂੰ ਰੋਕਣ ਲਈ ਕਿਆ ਤੇ ਪੂਲੀ ਜਿਹੀ ਮੇਰਾ ਹੱਥ ਘੁੱਟ ਕੇ ਆਹਸਤਾ ਜੇ ਕਹਿਣ ਲੱਗੇ ਕੱਲ ਰਾਤ ਨਵੀਂ ਦਿੱਲੀ ਸਟੇਸ਼ਨ ਅੱਜ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਹੈਰਾਨੀ ਹੁੰਦੀ ਏ ਕਿੰਨੇ ਸਾਬਤ ਹੁੰਦੇ ਸਨ ਵਿਸ਼ਵਾਸ ਉਦੋਂ ਮਸਲਨ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਆਪਣੀ ਵਿਲ ਪਾਵਰ ਵਿੱਚ ਵਿਸ਼ਵਾਸ ਲੱਗਦਾ ਸੀ ਮਹਿਜ਼ ਮਨ ਦੀ ਪਾਕੀਜ਼ਗੀ ਤੇ ਮੁਹੱਬਤ ਦੀ ਗਹਿਰਾਈ ਤੇ ਸ਼ਿੱਦਤ ਹਜ਼ਾਰਾਂ ਮੀਲ ਦੂਰ ਵਸਦੇ ਮਹਿਬੂਬ ਨੂੰ ਬਚਾਉਣ ਲਈ ਕਾਫੀ ਹੈ ਬਲਦੇਵ ਨੇ ਕਿਹਾ ਸੀ 2 ਤਾਰੀਖ ਰਾਤੀ 12 ਵਜੇ ਤੱਕ ਉਹ ਮਾਊਂਟ ਆਬੂ ਮੇਰਾ ਇੰਤਜ਼ਾਰ ਕਰਨਗੇ ਤੇ ਜੇ ਮੈਂ ਨਾ ਪਹੁੰਚੀ ਤਾਂ 12 ਵਜੇ ਆਪਣੇ ਪਿਸਤੌਲ ਨੂੰ ਯਾਹੂਦਾ ਸੋਚ ਕੇ ਜਿੰਦ ਕੰਬਦੀ ਸੀ ਪਰ ਕਿਦਰੇ ਸਾਬਤ ਯਕੀਨ ਵੀ ਸੀ ਕਿ ਮੈਂ ਕਰਨਾਲੋਂ ਬਾਹ ਲੰਮੀ ਕਰਕੇ ਮਾਊਂਟ ਆਬੂ ਬਲਦੇਵ ਦਾ ਹੱਥ ਫੜ ਲਵਾਂਗੀ ਤੇ ਉਹ ਔਖੀ ਘੜੀ ਟਲ ਜਾਵੇਗੀ। ਉਹ 15 ਦਿਨ ਕਿਸ ਤਰ੍ਹਾਂ ਲੰਗੇ ਨਾ ਪੁੱਛੋ। ਇੱਕ ਅੱਗ ਦਾ ਦਰਿਆ ਸੀ ਤੇ ਪਾਰਲੇ ਕੰਢੇ ਪਹੁੰਚਣਾ ਬਹੁਤ ਜ਼ਰੂਰੀ ਸੀ ਉਹ ਵੀ ਤੈਰ ਕੇ। ਤੇ ਕਿੰਨੀਆਂ ਹੀ ਚੀਜ਼ਾਂ ਸਨ ਜਿਹੜੀਆਂ ਸਾਰੇ ਬਦਨ ਵਿੱਚੋਂ ਤੁਰ ਕੇ ਰੂਹ ਨੂੰ ਤਿੱਖੇ ਚਾਕੂ ਵਾਂਗੂ چیرਦੀਆਂ ਸਨ। ਔਰਤ ਹੋਣ ਦੀ ਮਜਬੂਰੀ, ਖਾਮੋਸ਼ ਰਹਿਣ ਦੀ ਮਜਬੂਰੀ ਤੇ ਰੂਹ ਦੇ ਮਾਊਂਟ ਆਬੂ ਹੋਣ ਦੀ ਤੇ ਬਦਨ ਦੇ ਕਰਨਾਲ ਹੋਣ ਦੀ ਮਜਬੂਰੀ ਤੇ ਫਿਰ ਐਕਟਿੰਗ ਕਰਨ ਦੀ ਮਜਬੂਰੀ। ਰੇਸ਼ਮੀ ਕੱਪੜੇ ਪਾ ਕੇ ਲਿਪਸਟਿਕ ਮਲ ਕੇ ਮੁਸਕਰਾਹਟ ਨੂੰ ਹੋਠਾਂ ਤੇ ਚਿਪਕਾ ਕੇ 2 ਤਾਰੀਖ ਰਾਤ ਦੇ 12 ਵਜੇ ਤਾਂ ਰੂਹ ਸੂਲੀ ਤੇ ਚੜ ਕੇ ਝੂਲ ਗਈ। ਗਿੱਲ ਹੱਥਾਂ ਪੈਰਾਂ ਵਿੱਚ ਨਹੀਂ ਛਾਤੀ ਵਿੱਚ ਠੁੱਕੇ ਸਨ ਤੇ ਮੱਥੇ ਵਿੱਚ। ਅਜੀਬ ਗੱਲ ਜਾਪਦੀ ਏ ਅੱਜ ਕਿਉਂਕਿ ਅੱਜ ਮੋਏ ਵਿਸ਼ਵਾਸਾਂ ਦੀਆਂ ਬਹੁਤ ਸਾਰੀਆਂ ਲਾਸ਼ਾਂ ਬਿਨਾਂ ਦਫਨਾਉਣ ਤੋਂ ਪਿੱਛੇ ਛੱਡ ਆਈਆਂ। ਪਰ ਉਦੋਂ ਜਦੋਂ ਵਿਸ਼ਵਾਸ ਅਜੇ ਜਿਉਂਦੇ ਸਨ ਤਪੇਲ ਕੋ ਲੱਗਾ ਸੀ ਕਿ 2 ਤਾਰੀਖ ਰਾਤੀ 12 ਵਜੇ ਮੈਂ ਬਿਲਕੁਲ ਬਲਦੇਵ ਦੇ ਕੋਲ ਖੜੋ ਕੇ ਉਹਦੇ ਹੱਥ ਨੂੰ ਆਪਣੀਆਂ ਅੱਖਾਂ ਤੇ ਧਰ ਲਿਆ ਸੀ ਗਿੱਲਾ ਹੱਥ ਪਿਸਤੌਲ ਨਹੀਂ ਸੀ ਚਲਾ ਸਕਦਾ ਨਾਲੇ ਮੇਰੇ ਅਥਰੂ ਪੁੰਜਣ ਦੀ ਜ਼ਿੰਮੇਵਾਰੀ ਵੀ ਨਹੀਂ ਸੀ ਭੁੱਲ ਸਕਦਾ ਇੱਕ ਜ਼ਮਾਨਾ ਗੁਜ਼ਰ ਗਿਆ ਵਕਤ ਦੇ ਬਲੌਰੀ ਪਾਣੀਆਂ ਵਿੱਚ ਬਹੁਤ ਸਾਰਾ ਕੂੜਾ ਤੇ ਚਿੱਕੜ ਆ ਰਲਿਆ ਵਿਸ਼ਵਾਸ ਪਤ ਛੜਦੇ ਪੀਲੇ ਪੱਤੇਆਂ ਵਾਂਗ ਬਸ ਇੱਕ ਵਾਰੀ ਜਿੱਦ ਦੇ ਰੁੱਖ ਤੋਂ ਝੜਨੇ ਸ਼ੁਰੂ ਹੋਏ ਤਾਂ ਸਾਰੀਆਂ ਟਾਹਣੀਆਂ ਨੰਗੀਆਂ ਹੁੰਦੀਆਂ ਚਲੀਆਂ ਗਈਆਂ ਬੇਸਹਾਰਾ ਖੁੱਲੀਆਂ ਬਾਹਾਂ ਵਾਂਗੂ ਤੇ ਫੇਰ ਪਤਾ ਨਹੀਂ ਕਿਸ ਤਰ੍ਹਾਂ ਪਰਦੇਸੋਂ ਆਈ ਕੂੰਜ ਵਾਂਗੂ ਮੇਰੀ ਵੱਡੀ ਧੀ ਅਰਪਣਾ ਜਿਹੜੀ ਉਦੋਂ ਸਿਰਫ ਡੌਲੀ ਹੁੰਦੀ ਸੀ ਇੱਕ ਨੰਗੀ ਟਾਣੀ ਤੇ ਆ ਬੈਠੀ ਮੈਨੂੰ ਟਾਣੀਆਂ ਦੇ ਨੰਗੇਜ ਨੂੰ ਤੱਕ ਤੱਕ ਕੇ ਉਸ ਨਿੱਕੀ ਜਹੀ ਜਾਨ ਤੇ ਬੜਾ ਰਹਿਮ ਆਉਂਦਾ ਹੁੰਦਾ ਸੀ ਖੈਰ ਉਹ ਸਭ ਗੱਲਾਂ ਮਗਰੋਂ ਕਰਾਂਗੇ ਇੱਕ ਦਿਨ ਅਰਪਣਾ ਬਹੁਤ ਬਿਮਾਰ ਸੀ ਅਰਪਣਾ ਦੇ ਡਾਕਟਰ ਪਿਤਾ ਹੱਸਦੇ ਹੱਸਦੇ ਕਹਿ ਗਏ ਸਨ ਇਹਦਾ ਬਚਣਾ ਹੁਣ ਮੁਸ਼ਕਲ ਹੈ ਦੀਆ ਸਲਾਈ ਦੀ ਇੱਕ ਤੀਲੀ ਨਾਲ ਉਹਨਾਂ ਨੇ ਮੈਨੂੰ ਉਹਦੇ ਪਖਾਨੇ ਵਿੱਚੋਂ ਇੱਕ ਧਾਗਾ ਜਿਹਾ ਚੁੱਕ ਕੇ ਵਿਖਾਇਆ ਸੀ ਤੇ ਕਹਿਣ ਲੱਗੇ ਐ ਵੇਖ ਇਹਦੀਆਂ ਆਂਦਰਾਂ ਕੱਟ-ਕੱਟ ਕੇ ਬਾਹਰ ਨਿਕਲ ਰਹੀਆਂ ਨੇ ਉਹ ਤਾਂ ਚਲੇ ਗਏ ਆਪਣੀ ਡਾਕਟਰੀ ਦੀ ਹੱਤੀ ਤੇ ਬਾਕੀ ਮਰੀਜ਼ਾਂ ਨੂੰ ਬਚਾਉਣ ਤੇ ਰਾਜ਼ੀ ਕਰਨ ਤੇ ਮੈਂ ਸਹਿਮੀ ਹੋਈ ਅਰਪਨਾ ਨੂੰ ਬਾਹਾਂ ਵਿੱਚ ਚੁੱਕ ਕੇ ਬੈਠੀ ਸਾਂ ਲੱਤਾਂ ਬਾਹਾਂ ਵਿੱਚ ਇੰਨੀ ਵੀ ਹਿੰਮਤ ਨਹੀਂ ਸੀ ਕਿ ਉੱਠ ਕੇ ਕਿਸੇ ਨੂੰ ਆਵਾਜ਼ ਵੀ ਦੇ ਸਕਾਂ ਤਾਈਏ ਬੂਆ ਖੜਕਿਆ ਲਾਲ ਚੂੜੇ ਵਾਲੀ ਇੱਕ ਲੰਮੀ ਸੁਨੱਖੀ ਕੁੜੀ ਦਰਵਾਜ਼ੇ ਤੇ ਖੜੀ ਸੀ ਮੈਂ ਬਲਦੇਵ ਦੀ بیوی ਹਾਂ ਦਿਮਾਗ ਦੇ ਆਸ-ਪਾਸ ਧੁੰਦ ਦਾ ਜਿਹੜਾ ਝੁੰਗਲ ਮਾਟਾ ਸੀ ਉਹਦੇ ਤੋਂ ਪਾਰ ਉਹਦੇ ਨਕਸ਼ ਬੜੇ ਕੂਲੇ ਲੱਗੇ ਕੂਲੇ ਤੇ ਭਿੱਜੇ ਹੋਏ ਪਰ ਅਰਪਨਾ ਦੀ ਬਿਮਾਰੀ ਕਰਕੇ ਰੂਹ ਦੀ ਜਿਹੜੀ ਸੁੰਨ ਮਸਾਨ ਹਾਲਤ ਸੀ ਉਹਦੇ ਵਿੱਚ ਵੇਖੇ ਹੋਏ ਉਹ ਨਕਸ਼ ਅੱਜ ਯਾਦ ਨਹੀਂ ਕੋਲੋਂ ਵੀ ਲੰਘ ਜਾਵੇ ਤਾਂ ਨਾ ਪਛਾਣ ਸਕਾਂ ਮਗਰੋਂ ਜਦੋਂ ਵੀ ਮੈਂ ਉਹਦਾ ਮੂੰਹ ਯਾਦ ਕਰਦੀ ਸਾਂ ਮੈਨੂੰ ਸਿਰਫ ਉਹਦੇ ਵਾਲ ਨਜ਼ਰ ਆਉਂਦੇ ਸਨ ਤੇ ਉਸ ਚਿਹਰੇ ਉੱਤੇ ਝੁਕਿਆ ਹੋਇਆ ਬਲਦੇਵ ਦਾ ਚਿਹਰਾ ਬਲਦੇਵ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਏ ਅਸੀਂ ਦੋਵੇਂ ਤੁਹਾਨੂੰ ਮਿਲਣ ਆਏ ਹਾਂ ਦੋਵੇਂ ਬਲਦੇਵ ਨੂੰ ਪਰਾਂ ਸੜਕ ਦੇ ਮੋੜ ਤੇ ਖੜਾ ਕਰਾਈ ਹਾਂ ਫੈਸਲੇ ਦੀ ਕੜੀ ਨਜ਼ਰ ਤਾਂ ਨਹੀਂ ਆਇਆ ਕਰਦੀ ਪਰ ਉਸ ਨੂੰ ਅਸਾਂ ਸਾਰਿਆਂ ਨੇ ਕਦੇ ਨਾ ਕਦੇ ਸਾਹਮਣੇ ਖੜੋ ਕੇ ਵੰਗਾਰਦਿਆਂ ਮਹਿਸੂਸ ਕੀਤਾ ਹੁੰਦਾ ਏ ਮੈਂ ਕਿਹਾ ਨਹੀਂ ਮੇਰੀ ਉਹਨਾਂ ਨੂੰ ਆਦਾਬ ਕਹਿ ਦੇਣੀ ਬਸ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਔਰਤ ਭਾਵੇਂ ਕਿੰਨੀ ਵੀ ਫਰਾਖਦਿਲ ਕਿਉਂ ਨਾ ਹੋਵੇ ਆਪਣੇ ਮਰਦ ਦੇ ਰਸਤੇ ਵਿੱਚ ਖੜੋਣ ਵਾਲੀ ਹਰ ਦੂਜੀ ਤੀਵੀ ਉਹਦੀ ਛਾਤੀ ਤੇ ਸਿਲ ਪੱਥਰ ਬਣ ਕੇ ਬੈਠੀ ਹੁੰਦੀ ਏ ਪੱਥਰ ਦੇ ਪਰਾਂ ਹੋਣ ਦਾ ਸ਼ੁਕਰਾਨਾ ਸੀ ਉਹਦੀ ਜੱਫੀ ਵਿੱਚ ਉਹਨੇ ਆਪਣੀ ਉਂਗਲੀ ਵਿੱਚੋਂ ਇੱਕ ਮੰਦਰੀ ਲਾ ਕੇ ਮੇਰੀ ਉਂਗਲ ਵਿੱਚ ਪਾ ਦਿੱਤੀ ਮੇਰਾ ਨਾਮ ਸਤਵੰਤੇ ਅੱਜ ਤੋਂ ਅਸੀਂ ਭੈਣਾ ਹੋਈਆਂ ਉਸ ਵੇਲੇ ਹਿਸਾਬ ਕਿਤਾਬ ਨਾਲ ਤਾਂ ਮੈਨੂੰ ਕੁਝ ਵੀ ਸੁਣਾਈ ਨਹੀਂ ਸੀ ਦੇਣਾ ਚਾਹੀਦਾ ਪਰ ਸੁਣਿਆ ਹੋਵੇਗਾ ਹੀ ਤਦੇ ਤਾਂ ਅੱਖਰ ਅੱਖਰ ਯਾਦ ਏ ਇਸ ਗੱਲ ਮਗਰੋਂ ਬਹੁਤ ਸਾਲ ਗੁਜ਼ਰ ਗਏ ਨੇ ਚੌਥਾਈ ਸਦੀ ਤੋਂ ਵੀ ਵੱਧ ਮੁੜ ਕੇ ਉਹ ਕਦੇ ਨਹੀਂ ਮਿਲੀ ਨਾ ਉਹ ਤੇ ਨਾ ਉਹਦਾ ਖਾਵੰਦ ਹਾਂ ਅਲਬੱਤਾ ਇੱਕ ਵਾਰੀ ਬਲਦੇਵ ਨਜ਼ਰ ਜ਼ਰੂਰ ਆਏ ਸਨ ਉਹਨੇ ਦਿਨੀ ਮੈਂ ਦਰਿਆ ਗੰਜ ਵਿੱਚ ਪੜਾ ਰਹੀ ਸਾਂ ਗੋਲਚਾ ਵਿੱਚ ਇੱਕ ਚੰਗੀ ਫਿਲਮ ਲੱਗੀ ਹੋਈ ਸੀ ਇੱਕ ਦਿਨ ਅਚਨ ਚੇਤੀ ਛੇਤੀ ਛੁੱਟੀ ਹੋ ਗਈ ਤੇ ਮੈਂ ਉਹ ਫਿਲਮ ਵੇਖਣ ਚਲੀ ਗਈ ਫਿਲਮ ਤੋਂ ਪਹਿਲਾਂ ਨਿਊਜ਼ ਰੀਲ ਵਿੱਚ ਤਾਨਸੇਨ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਗਵਾਲੀਅਰ ਵਿੱਚ 우ਸਤਾਦ ਬਿਸਮਿਲਲਾ ਖਾਨ ਸ਼ਹਿਨਾਈ ਵਜਾ ਰਹੇ ਸਨ ਤੇ ਤਾਈਏ ਕੈਮਰਾ ਦਰਸ਼ਕਾਂ ਵੱਲ ਘੁੰਮਿਆ ਤੇ ਉਹ ਖਦਾ ਸਾਹਮਣੀ ਕਤਾਰ ਵਿੱਚ ਉਹ ਬੈਠੇ ਸਨ ਬਲਦੇਵ ਇੱਕ ਸਾਹ ਛਾਤੀ ਵਿੱਚੋਂ ਖੇਨੂ ਵਾਂਗੂ ਟੱਪ ਕੇ ਉੱਛਲਿਆ ਤੇ ਫौलाਦ ਦੇ ਗੋਲੇ ਵਾਂਗੂ ਆ ਕੇ ਸੰਗ ਵਿੱਚ ਫਸ ਗਿਆ ਪਲ ਦਾ ਪਲ ਤੇ ਕੈਮਰਾ ਹੋਰ ਪਾਸੇ ਘੁੰਮ ਗਿਆ ਬਲਦੇਵ ਫੇਰ ਗਵਾਚ ਗਏ ਅਗਲੇ ਦਿਨ ਕੰਬਦਿਆਂ ਕੰਬਦਿਆਂ ਮੈਂ ਫਿਰ ਗੋਲਚਾ ਪਹੁੰਚੀ ਟਿਕਟ ਲੈ ਕੇ ਅੰਦਰ ਗਈ ਸੋਚਿਆ ਸੀ ਬਸ ਨਿਊਜ਼ ਰੀਲ ਵੇਖ ਕੇ ਆ ਜਾਵਾਂਗੀ ਪਰ ਉਸ ਦਿਨ ਨਿਊਜ਼ ਰੀਲ ਹੋਰ ਸੀ ਬਾਹਰ ਆ ਕੇ ਪਤਾ ਲੱਗਾ ਕਿ ਉਹ ਸ਼ੁੱਕਰਵਾਰ ਸੀ ਤੇ ਨਿਊਜ਼ ਰੀਲ ਬਦਲ ਗਈ ਸੀ ਪਰ ਇੱਕ ਨਜ਼ਰ ਵੇਖਣ ਨਾਲ ਜਿਵੇਂ ਮੇਰੇ ਜਿਸਮ ਤੇ ਮੇਰੀ ਰੂਹ ਵਿੱਚ ਜਵਾਲਾਮੁਖੀ ਫਟ ਉੱਠੇ ਸਨ ਸਾਰੇ ਪੁਰਾਣੇ ਜ਼ਮਾਨੇ ਸਾਰੇ ਗੁਜ਼ਰੇ ਹੋਏ ਪਲ ਸਾਰੇ ਬੀਤੇ ਹੋਏ ਦਿਨ ਮੇਰੇ ਦੁਆਲੇ ਖੰਡਰਾਂ ਦੀਆਂ ਦੀਵਾਰਾਂ ਦੇ ਖੁੱਡਿਆਂ ਵਿੱਚ ਬੈਠੇ ਕਬੂਤਰਾਂ ਵਾਂਗੂ ਸ਼ੋਰ ਕਰਨ ਲੱਗੇ ਉਸ ਸ਼ੋਰ ਦੇ ਸੈਲਾਬ ਵਿੱਚ ਬੋਲਿਆ ਹੋ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਫਿਰ ਬੜੇ ਸਾਲ ਗੁਜ਼ਰ ਗਏ ਇੱਕ ਦਿਨ ਪੰਜਾਬ ਸੈਨੇਟ ਦੀ ਵੋਟ ਲਈ ਇੱਕ ਚਿੱਠੀ ਆਈ ਕਿਸੇ ਪ੍ਰੋਫੈਸਰ ਦੀ ਜਿਹੜੇ ਸੈਨੇਟ ਦੀ ਚੋਣ ਲੜ ਰਹੇ ਸਨ ਇਹ ਉਹੀ ਨਾਂ ਸੀ ਉਹੀ ਜਿਹੜੇ ਬਲਦੇਵ ਨੂੰ ਲਾਹੌਰ ਅੰਗਰੇਜ਼ੀ ਪੜਾਉਂਦੇ ਹੁੰਦੇ ਸਨ ਬਲਦੇਵ ਦੇ ਮਹਿਬੂਬ ਉਸਤਾਦ ਜਿਨ੍ਹਾਂ ਨੂੰ ਉਹਨਾਂ ਦੇ ਵਿਦਿਆਰਥੀ ਰਾਂਝਾ ਸਾਹਿਬ ਕਹਿੰਦੇ ਹੁੰਦੇ ਸਨ ਚਿੱਠੀ ਵਿੱਚ ਉਹਨਾਂ ਦਾ ਪਤਾ ਵੀ ਲਿਖਿਆ ਹੋਇਆ ਸੀ ਘਰ ਦਾ ਨਾਮ ਸਲੇਟੀ ਤੇ ਸ਼ਹਿਰ ਦਾ ਨਾਮ ਵੀ ਕੰਬਦੇ ਹੱਥਾਂ ਨਾਲ ਮੈਂ ਉਹਨਾਂ ਨੂੰ ਖੱਤ ਲਿਖਿਆ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਉਹਨਾਂ ਦੇ ਸ਼ਾਗਿਰਦ ਰਾਂਝਾ ਸਾਹਿਬ ਕਹੇ ਕਰਦੇ ਸਨ ਜਵਾਬ ਆਇਆ ਮੈਂ ਉਹੀ ਹਾਂ ਤੇ ਬਲਦੇਵ ਅੱਜਕੱਲ ਜਬਲਪੁਰ ਵਿੱਚ ਡਿਪਟੀ ਕਮਿਸ਼ਨਰ ਨੇ ਤੇਰਾ ਕੀ ਹਾਲ ਹੈ ਉਜੜੇ ਹੋਏ ਲੋਕਾਂ ਦਾ ਕੀ ਹਾਲ ਹੋਣਾ ਹੋਇਆ ਮੈਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਸਿਰਫ ਉਸ ਤੋਂ ਮਗਰੋਂ ਹਮੇਸ਼ਾ ਅਖਬਾਰ ਖੋਲ ਕੇ ਰੋਜ਼ ਵੇਖਦੀ ਰਹੀ ਕਿ ਜਬਲਪੁਰ ਵਿੱਚ ਮੌਸਮ કે ਹੋ ਜਾਏ ਤੇ ਜਬਲਪੁਰ ਦੀਆਂ ਸਾਰੀਆਂ ਖਬਰਾਂ ਪੜਦੀ ਰਹੀ ਫਿਰ ਹੋਰ ਬਹੁਤ ਸਾਰੇ ਵਰੇ ਗੁਜ਼ਰ ਗਏ ਤੇ ਫਿਰ ਨਾਗਮਣੀ ਵਿੱਚ ਮੇਰੀ ਸਵੈ ਜੀਵਨੀ ਛਪਣੀ ਸ਼ੁਰੂ ਹੋਈ ਬਲਦੇਵ ਦੀ ਗੱਲ ਪੜ੍ਹ ਕੇ ਇੱਕ ਔਰਤ ਅਮ੍ਰਿਤਾ ਪ੍ਰੀਤਮ ਕੋਲ ਆਈ ਤੇ ਕਹਿਣ ਲੱਗੀ ਮੈਂ ਬਲਦੇਵ ਦੀ ਭਝਾਈ ਲਗਨੀ ਆ ਉਹ ਤੇ ਅੱਜਕੱਲ੍ਹ ਦਿੱਲੀ ਵਿੱਚ ਹੀ ਨੇ ਉਹਨਾਂ ਦਾ ਦਫ਼ਤਰ ਐਵੇ ਘਰ ਇੱਥੇ ਵੇ ਤੇ ਟੈਲੀਫੋਨ ਨੰਬਰ ਐ ਵੇ ਉਹ ਟੈਲੀਫੋਨ ਨੰਬਰ ਤੇ ਉਹ ਪਤਾ ਮੈਂ ਕਿਸੇ ਡਾਇਰੀ ਵਿੱਚ ਨਹੀਂ ਆਪਣੇ ਦਿਲ ਤੇ ਲਿਖ ਲਏ ਪਰ ਕਦੇ ਟੈਲੀਫੋਨ ਕੀਤਾ ਨਹੀਂ ਤਾਂ ਵੀ ਲੱਗਦਾ ਏ ਹੁਣ ਮੈਂ ਮਹਿਫੂਜ਼ ਹਾਂ ਦਿੱਲੀ ਖਾਲੀ ਨਹੀਂ ਬਲਦੇਵ ਕਿਦਰੇ ਨੇੜੇ ਹੀ ਰਹਿੰਦੇ ਨੇ ਏ ਸੀ अजीत कौर ਦੀ ਸਵੈ ਜੀਵਨੀ ਖਾਨਾ ਬਦੋਸ਼ ਦਾ ਦੂਸਰਾ ਅਧਿਆਇ ਸਫੈਦ ਤੇ ਕਾਲੀ ਹਵਾ ਦੀ ਦਾਸਤਾਨ ਆਵਾਜ਼ ਮਨਪ੍ਰੀਤ ਸਹੋਤਾ